ਉਸੇ 1 ਰੁਪਇਆ ਅਗਦੇ 1,000 ਰੁਪਏ ਤੋਂ ਵੀ ਜ਼ਿਆਦਾ ਉੱਤਮ ਸੀ। ਲਾਲਚ ਹੈ, ਲਾਲਚ ਗੱਦੀ ਦਾ ਹੋਵੇ, ਲਾਲਚ ਪੈਸੇ ਦਾ ਹੋਵੇ, ਕਿਸੇ ਕਿਸਮ ਦਾ ਲਾਲਚ ਹੈ, ਲਾਲਚ ਆ ਗਿਆ ਅੰਦਰ, ਇਨਸਾਨ ਰੁਖਸਤ ਹੋ ਗਿਆ, ਸ਼ੈਤਾਨ ਬਾਕੀ ਰਹਿ ਗਿਆ। ਇਸ ਲਾਲਚ ਦਾ ਕਾਰਨ ਕਈਆਂ ਹੱਤਿਆਰਿਆਂ ਨੇ ਕੁਆਰੀਆਂ ਲੜਕੀਆਂ ਦੇ ਸਿਰ ਵੱਢ ਲਏ, ਸਾਬਤ ਕੇਸ ਦਿਖਾ ਕੇ ਕਿ ਅੰਦਾਰੀਏ ਸਿੱਖ ਦਾ ਸਿਰ ਹੈ। ਤਾਂ ਮਿਪਤਾ ਪਈ ਹੈ, ਵਕਤ ਵਿਚਾਰ ਹੈ, ਸੋ ਬੰਦਾ ਹੋਈ। ਪੰਜਾਬ ਦਾ ਪੱਧਰ ਛੱਡਿਆ ਸਿੱਖਾਂ ਨੇ, ਕੁਛ ਪਹਾੜਾਂ 'ਤੇ ਚਲੇ ਗਏ, ਕੁਛ ਬੀਕਾਨੇਰ ਵੱਲੇ ਚਲੇ ਗਏ। ਆਣ ਸੁਣੇ ਮਿਲੇ ਖਾਨ ਬਹਾਦਰ, ਪੰਜਾਬ 'ਚੋਂ ਸਿੱਖ ਬਿਲਕੁਲ ਮਿਟਾ ਦਿੱਤੇ ਗਏ। ਕਹਿੰਦੇ ਖਤਮ ਹੋ ਗਏ, ਪੂਰੀ ਤਰ੍ਹਾਂ ਖਤਮ ਹੋ ਗਏ। ਆਉਂਦਾ ਫਿਰ ਪਰਖਣਾ ਪਵੇਗਾ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਹਕੀਮ ਨੇ ਕਿਹਾ ਇਹ ਮਰੀਜ਼ ਮਰ ਗਏ, ਇਹਦੇ ਵਿੱਚ ਕੋਈ ਸਾਹ ਬਾਕੀ ਨਹੀਂ। ਦੇਖਦੇ ਹੋ, ਪੈਰ ਠੰਡੇ ਹੋ ਗਏ, ਹੱਥ ਠੰਡੇ ਹੋ ਗਏ, ਦਿਲ ਦੀ ਧੜਕਣ ਨਹੀਂ, ਸਾਹ ਨਹੀਂ ਆਉਂਦਾ, ਮਰ ਗਿਆ ਹੈ। ਘਰਦਿਆਂ ਨੂੰ ਸ਼ਾਂਤੀ ਨਹੀਂ, ਉਹਨਾਂ ਉੱਚਾ ਇੱਕ ਵੈਦ ਬੁਲਾ ਲਿਆ। ਉਹਨੇ ਕਹਿੰਦਾ ਵੈਦ ਜੀ ਕੀ ਲੈਣ ਆਏ ਹੋ, ਇਹ ਤਾਂ ਮਰ ਚੁੱਕਾ ਹੈ। ਕਹਿੰਦਾ ਘਬਰਾਓ ਨਾ, ਮੈਨੂੰ ਥੋੜ੍ਹਾ ਜਿਹਾ ਤਜਰਬਾ ਕਰਕੇ ਵੇਖ ਲੈਣ ਦਿਓ। ਰੂਹ ਦਾ ਖੰਭਾ ਜ਼ਰਾ ਕਿ ਨੱਕ ਦੇ ਸਾਹਮਣੇ ਕੀਤਾ ਹੈ, ਜੇ ਥੋੜ੍ਹੀ ਬਹੁਤੀ ਵੀ ਅੰਦਰੋਂ ਹਵਾ ਆਉਂਦੀ ਹੋਈ ਖੰਭਾ ਹਿਲੇਗਾ, ਨਹੀਂ ਹਿਲਿਆ। ਵੈਦ ਜੀ ਹੁਣ ਤਸੱਲੀ ਹੋ ਗਈ। ਕਹਿੰਦਾ ਵੀ ਇੱਕ ਤਜਰਬਾ ਹੋਰ ਹੈ, ਕਾਲੀ ਪੂਰੀ ਮਿਰਚ ਪੀ ਕੇ ਬਰੀ ਕਰਕੇ ਅੱਖ ਦੀ ਪਲਕ ਉਠਾ ਕੇ ਵਿਕ ਤੋੜ ਦਿੱਤੀ ਹੈ। ਸਰੀਰ ਦਾ ਸਭ ਤੋਂ ਕੋਮਲ ਅੰਗ ਹੈ ਅੱਖ, ਹੈ ਜੇ ਹੁਣ ਵੀ ਇਹਨੇ ਅੱਖ ਨਾ ਫਰਕੀ ਤੇ ਮਰ ਗਿਆ, ਸਮਝ ਲਵਾਂਗਾ। ਇਸੇ ਤਰ੍ਹਾਂ ਖਾਲਸਾ ਜੀ, ਕਿਸੇ ਵੀ ਕੌਮ ਦਾ ਸਭ ਤੋਂ ਕੋਮਲ ਅੰਗ ਉਹ ਹੋਇਆ ਕਰਦਾ ਜਿੱਥੇ ਉਹ ਸਿਰ ਚੁਕਾਉਂਦਾ ਹੈ। ਜਿਹੜੀ ਕੌਮ ਆਪਣੇ ਧਰਮ ਮੰਦਰਾਂ ਦੀ ਬੇਅਦਬੀ ਬਰਦਾਸ਼ਤ ਕਰ ਸਕਦੀ ਹੈ, ਉਹ ਨਾ ਸਮਝੇ ਕਿ ਮੈਂ ਜਿਉਂਦਿਆਂ ਵਿੱਚ ਹਾਂ, ਉਸਨੂੰ ਮਰ ਗਈ ਮੰਨ ਲੈਣਾ ਚਾਹੀਦਾ। ਫਿਰ ਆਖਰੀ ਚੋਟ ਲਾ ਕੇ ਦੇਖ ਲਈ ਡਾਏ ਨਾ। ਹੁਕਮ ਪਹੁੰਚਿਆ ਹੈ ਇਲਾਕੇ ਦਾ ਚੌਧਰੀ ਬਹੁਤ ਸਾਰੀਆਂ ਫੌਜਾਂ ਲੈ ਕੇ ਹਰਿਮੰਦਰ ਸਾਹਿਬ ਵਿੱਚ ਜਾ ਬੈਠਾ ਹੈ। ਉਹ ਹਰਿਮੰਦਰ ਜੋ ਦੇਵਤਿਆਂ ਵਾਸਤੇ ਉਸਾਰਿਆ ਗਈ, ਅੱਲਾ ਦੇ ਕਰ ਸ਼ੈਤਾਨ ਆ ਗਏ। Woo!
ਇੱਕ ਹੋਰ ਚੀਜ਼ ਸਮਝਣੀ ਚਾਹੀਦੀ ਹੈ ਬਈ, ਹਰ ਇੱਕ ਇਨਸਾਨ ਕੁਰਬਾਨੀ ਨਹੀਂ ਕਰ ਸਕਦਾ ਕਰਦਾ, ਉਹਦੇ ਸਾਹਮਣੇ ਕਈ ਮਜਬੂਰੀਆਂ ਹੋ ਜਾ ਕਰਦੀਆਂ ਨੇ, ਪਰ ਹਰ ਇੱਕ ਦੇ ਸ਼ਰਧਾ ਤਾਂ ਉਸ ਪਾਸੇ ਹੋਣੀ ਚਾਹੀਦੀ ਹੈ। ਉਹ ਆਦਮੀ ਇੰਨੇ ਖਤਰਨਾਕ ਨਹੀਂ ਜਿਹਨਾਂ ਦੀ ਸ਼ਰਧਾ ਹੈ, ਪਰ ਕੁਰਬਾਨੀ ਕਰਨ ਦੇ ਰਾਹ ਵਿੱਚ ਰੁਕਾਵਟ ਨਹੀਂ ਹਨ, ਆਪਣੀ ਕਮਜ਼ੋਰੀ ਦੇ ਕਾਰਨ ਪਛੜ ਜਾਇਆ ਕਰਦੇ ਨੇ। ਪਰ ਜ਼ਿਆਦਾ ਖਤਰਨਾਕ ਉਹ ਹੋਇਆ ਕਰਦੇ ਨੇ ਜੋ ਕੁਰਬਾਨੀ ਦਾ ਨਾਰਾ ਦਿੰਦੇ ਹਨ ਤੇ ਆਪਣੇ ਮਨ ਵਿੱਚ ਕੁਝ ਖੋਟ ਹੋਇਆ ਕਰਦਾ, ਆਪਣੇ ਮਨ ਵਿੱਚ ਕੋਈ ਲਾਲਚ ਹੋਇਆ ਕਰਦਾ, ਉਹ ਜ਼ਿਆਦਾ ਖਤਰਨਾਕ ਹੋਇਆ ਕਰਦੇ। ਜਿਸ ਕੌਮ ਦੇ ਆਗੂ ਇਹ ਨਹੀਂ ਸੋਚਦੇ ਕਿ ਸਾਡਾ ਨਿਸ਼ਾਨਾ ਕੌਮ ਹੈ, ਉਹਦੀ ਬਿਹਤਰੀ ਹੈ ਜਾਂ ਆਪਣੀ ਗਰਜ਼ ਹੈ, ਉਹਨਾਂ ਬਾਬਤ ਕਹਿਣਾ ਬੜਾ ਮੁਸ਼ਕਲ ਹੈ। ਸਾਰੇ ਖਬਰਾਂ ਪਹੁੰਚ ਗਈਆਂ, ਭਾਂਬੜੇ ਬਾਹਰ ਉੱਠੇ ਨੇ, ਰਾਕੇਸ਼ ਸਿੰਘ ਚਲੇ ਗਏ, ਘਰਾਂ ਵਿੱਚ ਰਸਣ ਵਾਲੇ ਗ੍ਰਿਸ਼ਟੀ ਹੋ ਕੇ ਪੜ੍ਹਦੇ ਹਨ, ਆਹੀ ਪੜ੍ਹਦੇ ਹਨ, ਪਰ ਕਰਨ ਜੋਗੇ ਕੁਝ ਨਹੀਂ। ਬੁਲਾਕਾ ਸਿੰਘ ਹਲਵਾ ਰਹੇ, ਕਨੀ ਖਬਰ ਪਈ, ਸਭ ਕੁਝ ਤਿਆਗ ਦਿੱਤਾ, ਹਥਿਆਰ ਸੰਭਾਲੇ ਨੇ, ਅੰਮ੍ਰਿਤਸਰ ਨੂੰ ਤੁਰ ਪਏ ਤੇ ਚੱਲਦਿਆਂ ਚੱਲਦਿਆਂ ਦਿਲ ਵਿੱਚ ਇੱਕ ਨਵਾਂ ਖਿਆਲ ਆਇਆ, ਸੋਚਦਾ ਬੁਲਾਕਾ ਸਿੰਘ ਆ ਤੂੰ ਜਾ ਕੇ ਸ਼ਹੀਦ ਹੋ ਜਾਏਗਾ, ਲੋਕ ਤੇਰੀਆਂ ਵਾਰਾਂ ਗਾਇਆ ਕਰਨਗੇ, ਤੇਰਾ ਬਹੁਤ ਸਤਿਕਾਰ ਹੋਏਗਾ, ਪਰ ਜੋ ਉੱਥੇ ਅਤਿਆਚਾਰ ਹੋ ਰਿਹਾ ਤੂੰ ਉਹ ਤਾਂ ਦੂਰ ਨਹੀਂ ਕਰ ਸਕੇਗਾ। ਇਸ ਨਾਲ ਚੰਗਾ ਨਹੀਂ ਕਿ ਬੀਕਾਨੇਰ ਵਿੱਚ ਬੈਠੇ ਸਿੰਘਾਂ ਨੂੰ ਖਤ ਪੁਜਾ ਦਿੱਤੀ ਜਾਏ, ਕਿਤੇ ਰੱਖੋ ਖਾਲਸਾ ਜੀ, ਕੌਮ ਦੀ ਖਾਤਰ ਮਰਨ ਨਾਲੋਂ ਕੌਮ ਦੀ ਖਾਤਰ ਜਿਉਣਾ ਹਜ਼ਾਰਾਂ ਮੁਸ਼ਕਲ ਹੋਇਆ ਕਰਦਾ ਹੈ। ਮਰਨ ਵਾਲਾ ਮਰ ਗਿਆ, ਕਿਸੇ ਬਹਾਨੇ ਵੀ ਮਰ ਗਿਆ, ਗੱਲ ਮੁੱਕ ਗਈ ਹੈ, ਕੋਈ ਵਾਟ ਕਾਟ ਪਿੱਛੇ ਨਹੀਂ ਹੋ ਸਕਦੀ, ਉਹਦੀ ਇੱਜ਼ਤ 'ਤੇ ਕੋਈ ਤਬਾਹ ਨਹੀਂ ਲੱਗ ਸਕਦਾ। ਪਰ ਜਿਉਂਦਿਆਂ ਦਾ ਰਾਹ ਵਿੱਚ ਕਈ ਮੁਸੀਬਤਾਂ ਹਨ,
ਇੱਥੇ ਲਾਲਚ ਹੈ, ਇੱਥੇ ਮੋਹ ਹੈ, ਇੱਥੇ ਕਰਦਾ। ਪਤਨੀ ਦਾ ਲਾਲਚ ਹੈ, ਪਤਨੀ ਦਾ ਲਾਲਚ ਹੈ, ਦੌਲਤ ਦਾ ਲਾਲਚ ਹੈ। ਟਾੜੀਆਂ ਦੀ ਪਰੰਪਰਾ ਰਾਜਸਥਾਨ ਵਿੱਚੋਂ ਆਈ। ਪਹਿਲੋ ਪਹਿਲ ਟਾੜੀ ਅਖਵਾਉਣ ਵਾਲਿਆਂ ਨੂੰ ਉਹ ਆਪਣੀ ਬੋਲੀ ਵਿੱਚ ਕੜਕਾ ਕਿਆ ਕਰਦੇ ਸਨ। ਉੱਥੋਂ ਦੀ ਇੱਕ ਸੈਨਾਨੀ ਵਾਰ ਬਹੁਤ ਪ੍ਰਸਿੱਧ ਹੈ। ਛੋਟੇ ਛੋਟੇ ਰਜਵਾੜਿਆਂ ਵਿੱਚ ਰਾਜਪੂਤਾਨਾ ਵੰਡਿਆ ਹੋਇਆ ਸੀ। ਹਰ ਅਮੀਰ ਆਪਣੀ ਰਿਆਸਤ ਦਾ ਖੁਦ ਮੁਖਤਾਰ ਮਾਲਕ ਹੈ। ਦੂਸਰੀ ਤਾੜ ਆਉਂਦੀ ਸੀ, ਲੁੱਟ ਕੇ ਲੈ ਜਾਇਆ ਕਰਦੀ ਸੀ, ਤਾਂ ਬਾਹਰ ਦੁਆਰ 'ਤੇ ਖਲੋਤੇ ਨੇ ਸ਼ਹਿਨਾਈ ਵਜਾਣੀ ਹੈ, ਗਿੱਧਾ ਅਰਥ ਸੀ ਕਿ ਦੁਸ਼ਮਣ ਆ ਰਹੇ ਹੈ। ਤਾਂ ਸੈਨਾਨੀ ਇਸਦਾ ਉਸ ਬੋਲੀ ਵਿੱਚ ਅਰਥ ਹੈ ਆਖਰੀ ਨਿਸ਼ਾਨੀ। ਅਸੀਂ ਕਹਿੰਦੇ ਨਾ ਵਿਛੜ ਲੱਗੇ ਮਿੱਤਰ ਨੂੰ ਕੋਈ ਆਖਰੀ ਨਿਸ਼ਾਨੀ ਤਾਂ ਦੇ ਜਾ। ਉਹਨਾਂ ਦੀ ਭਾਸ਼ਾ ਵਿੱਚ ਇਸਨੂੰ ਸੈਨਾਨੀ ਕਿਹਾ ਜਾਂਦਾ। ਤਾਂ ਕਥਾ ਇਉਂ ਆਉਂਦੀ ਹੈ ਕਿ ਜਵਾਨ ਰਾਜਪੂਤ ਵਿਆਹ ਕੇ ਲਿਆਇਆ ਡੋਲੀ, ਅਜੇ ਪਹਿਲੀ ਰਾਤ ਹੈ ਉਹਨਾਂ ਦੇ ਮਿਲਣ ਦੀ, ਆਹਮੋ ਸਾਹਮਣੇ ਬੈਠੇ ਨੇ, ਬਾਹਰੋਂ ਸ਼ਹਿਨਾਈ ਦੀ ਆਵਾਜ਼ ਆਈ ਹੈ। ਤਾਂ ਰਾਜਪੂਤ ਨੌਜਵਾਨ ਲੜਕੀ ਕਹਿਰ ਵਿੱਚ ਆ ਕੇ ਕਹਿੰਦੀ, ਸ਼ਹਿਨਾਈ ਵੱਜ ਰਹੀ ਹੈ, ਹਥਿਆਰ ਸੰਭਾਲੋ ਔਰ ਜਾਓ। ਹੱਸ ਕੇ ਕਹਿੰਦਾ, ਸ਼ਹਿਨਾਈ ਤਾਂ ਰੋਜ਼ ਵੱਜੇਗੀ, ਮੇਰਾ ਸਮਾਂ ਦੁਬਾਰਾ ਨਹੀਂ ਮਿਲਣਾ। ਉੱਠ ਕੇ ਖਲੋ ਗਈ ਹੈ। ਕਹਿੰਦੀ, ਅੱਛਾ ਇਹ ਗੱਲ ਹੈ, ਇਹਦਾ ਮਤਲਬ ਹੈ ਕਿ ਰਾਜਪੂਤਾਂ ਵਾਲਾ ਲਹੂ ਤੇਰੇ ਵਿੱਚ ਠੰਡਾ ਪੈ ਗਿਆ, ਤੂੰ ਨਹੀਂ ਜਾਏਗਾ ਤਾਂ ਮੈਂ ਜਾਣ ਵਾਸਤੇ ਤਿਆਰ ਹਾਂ। ਉੱਠ ਬੈਠੀ ਹੈ, ਸ਼ਰਮਸਾਰ ਥੋੜ੍ਹਾ ਜਿਹਾ ਹੋਇਆ, ਸਿਰ ਚੁਕਾਇਆ, ਕਹਿੰਦਾ ਨਹੀਂ ਮੈਂ ਜਾਵਾਂਗਾ। ਥੋੜ੍ਹੀ ਦੂਰ ਗਿਆ ਹੈ, ਫਿਰ ਦੇ ਵਿੱਚ ਖਿਆਲ ਆ ਗਿਆ, ਉੱਥੇ ਕੀ ਪਤਾ ਬਚ ਕੇ ਆਵਾਂਗਾ ਜਾਂ ਮਾਰਿਆ ਜਾਵਾਂਗਾ। ਮਗਰ ਇਹ ਸ਼ੁਰੂ ਤਾਂ ਫਿਰ ਵੇਖਣੀ ਨਸੀਬ ਨਹੀਂ ਹੋਏਗੀ। ਫਿਰ ਪਰਤੇ ਆਇਆ, ਮਹਿਲਾਂ ਦੇ ਕੋਲ ਖਲੋ ਕੇ ਨੌਕਰ ਨੂੰ ਕਹਿੰਦਾ, ਜਾਂ ਆਪਣੀ ਮਾਲਕ ਨੂੰ ਕਹੋ ਮੈਂ ਜਾ ਰਿਹਾ ਜੰਗ ਵਿੱਚ, ਕੋਈ ਨਿਸ਼ਾਨੀ ਤਾਂ ਦੇ ਦੇਵੇ। ਅਤੇ ਲੜਕੀ ਨੇ ਸੋਚਿਆ ਕਿ ਮੇਰਾ ਮੋਹ ਇਸਨੂੰ ਰਾਹ ਵਿੱਚੋਂ ਮੋੜ ਲਿਆ ਹੈ, ਅਤੇ ਕੀ ਪਤਾ ਇਹੀ ਮੇਰਾ ਮੋਹ ਇਸਨੂੰ ਮੈਦਾਨ ਵਿੱਚੋਂ ਲੜਦੇ ਨੇ ਵੀ ਗੀਦੀ ਬਣਾ ਕੇ ਲੈ ਆਵੇ। ਤਾਂ ਨੌਕਰ ਨੂੰ ਬੁਲਾਇਆ, ਠਾਲ ਲਿਆਓ, ਰੇਸ਼ਮੀ ਰੁਮਾਲ ਲਿਆਓ, ਮੈਂ ਆਪਣੇ ਪਤੀ ਨੂੰ ਨਿਸ਼ਾਨੀ ਦੇਣਾ ਚਾਹੁੰਦੀ ਹੈ। ਮਾਰੀ ਖੰਜਰ, ਸਿਰ ਕੱਟ ਲਿਆ ਆਪਣਾ, ਥਾਲੀ ਵਿੱਚ ਆ ਪਿਆ। ਕਹਿੰਦਾ, ਜਾ ਜਾ ਕੇ ਉਸਨੂੰ ਇਹ ਮੇਰੀ ਨਿਸ਼ਾਨੀ ਦੇ ਦੇ। ਸੋ ਮੇਰੇ ਖਾਲਸਾ ਜੀ, ਕੌਮਾਂ ਵਿੱਚ ਜਿੰਨਾ ਚਿਰ ਇਹ ਜਜ਼ਬਾ ਹੈ, ਕੌਮਾਂ ਜਿਉਂਦੀਆਂ ਰਹਿੰਦੀਆਂ ਨੇ। ਜਿੰਨਾ ਚਿਰ ਇਹ ਜਜ਼ਬਾ ਖਤਮ ਹੋ ਜਾਏ, ਕੌਮਾਂ ਮਿਟ ਜਾਇਆ ਕਰਦੀਆਂ ਹਨ। ਨਾਰਾਜ਼ ਨਾ ਹੋਣਾ, ਸਾਡੇ ਗੱਭਰੂਆਂ ਵਿੱਚ ਤਾਂ ਇਹ ਜਜ਼ਬਾ ਹੋਏਗਾ, ਪਰ ਮੇਰੇ ਵਰਗੇ ਬੁੱਢਿਆਂ ਵਿੱਚ ਜਿੱਡੀ ਛੇਤੀ ਗੱਭਰੂ ਮਰਨ ਲਈ ਤਿਆਰ ਹੋ ਜਾਇਆ ਕਰਦਾ ਹੈ। ਬੁਢਾਪੇ ਵਿੱਚ ਜ਼ਿੰਦਗੀ ਦਾ ਲਾਲਚ ਬਹੁਤਾ ਵੱਧ ਜਾਂਦਾ, ਮੁੜ ਕੇ ਮਰਨ ਲਈ ਮੁਸ਼ਕਲ ਬਣ ਜਾਇਆ ਕਰਦਾ ਹੈ। ਹੈਰਾਨ ਹਾਂ, ਅਸੀਂ ਅਰਦਾਸਾਂ ਰੋਜ਼ ਕਰਦੇ ਹਾਂ, ਬਹੁਤ ਜਨਮਣਾ ਆਵਾ, ਇਤਨੀ ਬੇਸਮਝੀ ਦੀ ਗੱਲ ਹੈ, ਕਿਤੇ ਹੋਰ ਭਾਵੇਂ ਸ਼ਬਦ ਕਿਹਾ ਗਿਆ, ਅਰਥ ਹੋਰ ਲੈ ਜਾਂਦੇ ਨੇ। ਬਹੁਤ ਜਨਮਣਾ ਆਵਾਂ, ਪਰ ਜਿਹੜਾ ਜਨਮ ਮਿਲਿਆ ਹੈ ਇਹ ਛੱਡਣ ਨੂੰ ਜੀ ਨਹੀਂ ਕਰਦਾ। ਕਿਸੇ ਗੱਭਰੂ ਨੂੰ ਕਹੇ ਤੇ ਜਾ ਤੂੰ ਮਰ ਜਾ, ਹੱਸ ਕੇ ਟਾਲ ਦੇਵੇਗਾ। ਕਿਸੇ ਮੇਰੇ ਵਰਗੇ ਬੁੱਢੇ ਨੂੰ ਤੇ ਜੇ ਫਿਰ ਪਿੱਛੇ ਕੋਈ ਪਦਵੀ ਵੀ ਲੱਗੀ ਹੋਵੇ ਤੇ ਫਿਰ ਤਾਂ ਰੱਬ ਹੀ ਰਾਖਾ ਹੈ, ਉਹਨੂੰ ਕਹਿ ਦਿਓ ਤੁਹਾਡੇ ਗੱਲ ਪੈਣ ਵਾਸਤੇ ਆ ਜਾਏਗਾ। ਸੋ ਨਾਰਾਜ਼ ਨਾ ਹੋਣਾ ਕਿ ਸਾਡੀ ਬੁੱਢੀ ਲੀਡਰਸ਼ਿਪ ਵਿੱਚੋਂ ਉਹ ਮਰਨ ਚਾਹ ਖਤਮ ਹੋ ਗਿਆ ਹੈ। ਸਾਰੀ ਕੌਮ ਦੇ ਸਿਰ ਮੁਸੀਬਤ ਜੋ ਹੈ ਉਹਦੇ ਜ਼ਿੰਮੇਵਾਰ ਉਹ ਹਨ, ਕਦੇ ਸੰਭਲਣਗੇ ਭਾਈ? ਖੈਰ ਮੈਂ ਅਰਥ ਕਰ ਰਿਹਾ ਸੀ, ਮੰਜ਼ਲਾਂ ਮਾਰਦਾ ਮਾਰਦਾ ਚੱਲਿਆ ਹੈ। ਬੁਲਾਕਾ ਸਿੰਘ ਜਿੱਥੇ ਬੈਠਾ ਹੈ, ਸਰਦਾਰ ਬੁੱਢਾ ਸਿੰਘ ਦਾ ਔਰ ਸ਼ਾਮ ਸਿੰਘ ਦਾ ਜਥਾ ਉਹਨਾਂ ਸਾਹਮਣੇ ਜਾ ਪਹੁੰਚਿਆ ਹੈ। ਤਾਂ ਕਿ ਆਏ ਵੀਰ, ਪੰਜਾਬ ਤੋਂ ਆਇਆ ਹੈ ਮੇਰਾ ਮਿੱਤਰ, ਇਸ ਤੋਂ ਪੰਜਾਬ ਦੀ ਖਬਰ ਥੋੜੀਏ, ਜੇ ਤੇਰੇ ਕੋ ਖਾਲਸਾ ਜੀ, ਪੰਜਾਬ ਔਰ ਸਿੱਖ ਨੂੰ ਵੱਖਰੋ ਵੱਖਰਾ ਨਹੀਂ ਕੀਤਾ ਜਾ ਸਕਦਾ। ਕੋਈ ਸਮਾਂ ਆਏਗਾ, ਸਾਡੇ ਲੀਡਰ ਕਹਿੰਦੇ ਨੇ, ਉਹ ਅਜੇ ਵੀ ਸਾਡੇ ਤੁਸੀਂ ਗੁਣ ਗਾਓ, ਅਸਾਂ ਅੰਮ੍ਰਿਤਸਰ ਰੱਖ ਰਿਹਾ, ਅਸਾਂ ਅਨੰਦਪੁਰ ਰੱਖ ਰਿਹਾ,
ਇਹ ਕੋਈ ਪਰਾਮਾਨਸ ਨਹੀਂ ਮੰਨਦਾ ਕਿ ਨਨਕਾਣਾ ਸਾਹਿਬ ਔਰ ਦੇਣਾ ਕਿਹਨੇ ਪ੍ਰਮਾਣ ਕਰ ਲਿਆ ਸੀ, ਇਹ ਨਹੀਂ ਮੰਨੇਗਾ ਕੋਈ। ਕਰ ਮੈਂ ਅਰਜ਼ ਕਰ ਰਿਹਾ ਸੀ, ਜਾ ਪਹੁੰਚਿਆ ਹੈ ਤਾਂ ਕਿ ਆਏ ਸਿੱਖਾਂ ਪੰਜਾਬ ਦੀ ਗੱਲ ਸੁਣਾ। ਪੰਜਾਬ ਔਰ ਸਿੱਖ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਦਿਲ ਪਾ ਰਿਹਾ ਹੈ, ਕਹਿੰਦਾ ਮਿੱਤਰੋ ਦੁੱਖਾਂ ਦੀ ਕਹਾਣੀ ਵਾਰ ਵਾਰ ਨਹੀਂ ਸੁਣਾਈ ਜਾ ਸਕਦੀ। ਇਹ ਕਹਿੰਦੇ ਆ ਅੰਦਰੋਂ ਛਾਤੀ ਵਿੱਚ ਪਾਂਬੜ ਵਲਦੇ ਨੇ, ਜ਼ੁਬਾਨ ਸੜਦੀ ਹੈ, ਹੰਝੂ ਵੀ ਬੜਵੇਂ ਟਿਕਿਆ ਕਰਦੇ ਨੇ। ਕਿਸੇ ਸੰਗਤ ਬੈਠੀ ਹੈ, ਮੈਂ ਇੱਕ ਹੀ ਵਾਰ ਚੱਲ ਕੇ ਕਹਿ ਦੇਣਾ, ਸੁਖਲੋਤਾ ਸੰਗਤ ਵਿੱਚ ਸਰਦਾਰ ਬੁਲਾਕਾ ਸਿੰਘ ਇਉਂ ਅਰਥ ਕਰ ਰਿਹਾ ਵਾ।
ਵੇਲੇ ਤੇ ਜਿੰਨਾ ਇਨਸਾਨ ਨੂੰ ਕ੍ਰੋਧ ਆਉਂਦਾ ਚੱਲਣਾ ਬੜਾ ਮੁਸ਼ਕਲ ਹੋਇਆ ਕਰਦਾ। ਸਧਾਰਨ ਸਿੱਖ ਹੈ ਨਾ ਬੁਲਾਕਾ ਸਿੰਘ ਤੇ ਬੈਠਾ ਜਥੇਦਾਰ ਕਹਿਣ ਵਿੱਚ ਆਇਆ ਕਿ ਤਾਣੇ ਵਜੋਂ ਉਸਨੂੰ ਇਉਂ ਕਹਿੰਦਾ ਕਿਵੇਂ ਬਈ ਕੰਡੇ ਵਾਲੀ ਪਾਨ ਮੈਨੂੰ ਜਾਪਦੀ
ਲੱਗਦੇ ਮੁੱਢ ਵਿੱਚ ਉੱਠਦੀ ਹੈ ਵੇਲ, ਚੋਟੀ ਤੱਕ ਪਹੁੰਚ ਜਾਂਦੀ ਹੈ, ਫੁੱਲਾਂ ਨਾਲ ਸ਼ਿੰਗਾਰ ਦਿੰਦੀ ਹੈ ਦਰਖਤ ਨੂੰ, ਮਗਰ ਉਸ 'ਚ ਆਪਣੇ 'ਚ ਹਿੰਮਤ ਨਹੀਂ ਹੈ ਖਲੋਣ ਦੀ। ਇਹ ਦਰਖਤ ਪੁੱਟਿਆ ਜਾਏ ਵੇਲ ਨਾਲ ਹੀ ਛਿੱਕ ਪਿਆ ਕਰਦੀ ਹੈ, ਖਤਮ ਹੋ ਜਾਇਆ ਕਰਦੀ। ਇਸੇ ਤਰ੍ਹਾਂ ਜਿਹੜੀਆਂ ਕੌਮਾਂ ਦੂਸਰਿਆਂ ਦੇ ਸਹਾਰੇ 'ਤੇ ਜਿਉਣਾ ਲੋਕ ਦੀਆਂ ਹਨ, ਉਸ ਵੇਲ ਵਾਂਗ ਹਨ ਜਿਸ 'ਚ ਆਪਣੇ ਖਲੋਣ ਦੀ ਸ਼ਕਤੀ ਦੀ ਬੜਾ ਤਾਣਾ ਦਿੱਤਾ ਹੈ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਜਿੰਨੇ ਤਾਣੇ ਇਨਸਾਨ ਦੂਸਰਿਆਂ ਨੂੰ ਦਿੰਦਾ, ਜਿੰਨੇ ਔਗੁਣ ਦੂਜਿਆਂ ਦੇ ਵਿਚਾਰਦਾ, ਜਿੰਨੀ ਨੁਕਤਾਚੀਨੀ ਦੂਸਰਿਆਂ 'ਤੇ ਕਰਦਾ, ਜੇ ਉਸ ਤੋਂ ਦਸਵਾਂ ਹਿੱਸਾ ਵੀ ਆਪਣੇ 'ਤੇ ਨੁਕਤਾਚੀਨੀ ਕਰ ਲਵੇ ਤਾਂ ਇਨਸਾਨ ਦੀ ਜਗ੍ਹਾ ਭਗਵਾਨ ਬਣ ਜਾਏ। ਪਰ ਆਪਣੇ ਅੰਦਰ ਝਾਤੀ ਮਾਰਨਾ ਸਾਡਾ ਸੁਭਾਅ ਨਹੀਂ ਹੈ, ਦੂਸਰਿਆਂ ਦੇ ਔਗੁਣ ਭਾਲਣਾ ਉਹ ਬੜਾ ਆਸਾਨ ਹੈ, ਉਸ ਵਿੱਚ ਲੱਗਦਾ ਕੋਈ ਨਹੀਂ। ਤਾਂ ਖੈਰ ਇਹ ਤਾਣਾ ਸੁਣਿਆ ਅਤੇ ਚੁੱਗਿਆ ਬੁਲਾਕਾ ਸਿੰਘ, ਅੰਦਰ ਝਾਤੀ ਮਾਰੀ। ਬੁਲਾਕਾ ਸਿੰਘ ਲੋਕਾਂ ਦੀ ਨਜ਼ਰ ਵਿੱਚ ਹੈ ਤਾਂ ਕਮਜ਼ੋਰ ਹੀ ਨਾ, ਕਿ ਇਹ ਬਹਾਨਾ ਤਾਂ ਨਹੀਂ ਸੀ ਲਾ ਲਿਆ, ਮੌਤੋਂ ਤਾਂ ਨਹੀਂ ਸੀ ਡਰ ਗਿਆ ਵੀ ਮੈਂ ਚੱਲਾਂ ਜਾ ਕੇ ਪਤਾ ਦਿਆਂ ਸ਼ਹੀਦ ਕੋਈ ਨਹੀਂ ਹੋ ਗਿਆ। ਠੀਕ ਹੈ, ਅੰਦਰ ਝਾਤੀ ਮਾਰੀ, ਕੋਈ ਕਮਜ਼ੋਰੀ ਨਜ਼ਰ ਨਹੀਂ ਆਈ, ਪਰ ਫਿਰ ਵੀ ਸੋਚਦਾ ਹੈ ਕਿ ਲੋਕਾਂ 'ਤੇ ਅਸਰ ਤਾਂ ਇਸਦਾ ਮਾੜਾ ਪੈ ਸਕਦਾ ਹੈ। ਇੱਕ ਹਿੰਦੀ ਦਾ ਮਿਸਰਾ ਹੈ, ਮਦਰਾ ਮਾਨਤ ਹੈ ਸਭੀ, ਦੁੱਧ ਕਲਾ ਲਈ ਹਾਥ, ਠੇਕੇ 'ਤੇ ਖਲੋ ਕੇ ਦੁੱਧ ਦਾ ਗਿਲਾਸ ਵੀ ਪੀਓਗੇ, ਵੇਖਣ ਵਾਲੇ ਕਹਿਣਗੇ ਸ਼ਰਾਬ ਪੀ ਰਹੀ। ਸੁਚੇਤੇ ਰੱਖੋ ਖਾਲਸਾ ਜੀ, ਬੁਰਾਈ ਤੋਂ ਬਦਨਾਮੀ ਲਾਜ਼ਮੀ ਨਹੀਂ, ਬਦਨਾਮੀ ਤੋਂ ਬਗਣਾ ਵੀ ਓਨਾ ਹੀ ਲਾਜ਼ਮੀ ਹੋਇਆ ਕਰਦਾ, ਤਾਂ ਕਿ ਦੂਸਰੇ 'ਤੇ ਉਹਦਾ ਅਸਰ ਨਾ ਪਏ। ਸਿਰ ਝੁਕਾਇਆ ਹੈ ਅਤੇ ਸਿਰ ਝੁਕਾ ਕੇ ਇੱਕ ਬੇਨਤੀ ਕਰ ਰਿਹਾ ਜਵਾਬੀ ਸਰਦਾਰ ਬਾਹਰੋਂ ਆਇਆ, ਮੈਂ ਕਿਉਂ ਆਇਆ ਹਾਂ ਸੁਣੋ ਬਾਈ। Woo!
ਕੇ ਕਿਹਾ, ਜਥੇਦਾਰ ਸਾਹਿਬ ਮੈਂ ਮੰਨ ਲੈਂਦਾ ਹਾਂ, ਮਨ ਵਿੱਚ ਖੋਟ ਕੋਈ ਨਹੀਂ, ਮਗਰ ਮੰਨਿਆ ਜਾ ਸਕਦਾ ਹੈ, ਅਸੀਂ ਕਿਸੇ ਦੀ ਦਿਲ ਦੀ ਨਹੀਂ ਜਾਣ ਸਕਦੇ, ਜੋ ਕੁਛ ਉਹਦਾ ਕਰਮ ਉਸ ਤੋਂ ਵੀ ਪਛਾਣਾਂਗੇ। ਮਗਰ ਇੱਕ ਸਵਾਲ ਕਰਨ ਦੀ ਆਗਿਆ ਦੇ ਦੀ ਤੀਜ ਹੈ, ਜਿਸ ਦਿਨ ਆਪ ਪੰਜਾਬ ਛੱਡ ਕੇ ਤੁਰ ਪਏ ਸੀ, ਕੀ ਆਪ ਸਮਝਦੇ ਸੀ ਕਿ ਅੰਮ੍ਰਿਤਸਰ ਜਾਂ ਨਨਕਾਣਾ ਸਾਹਿਬ ਦੀ ਇੱਜ਼ਤ ਉਵੇਂ ਬਹਾਲ ਰਹਿ ਜਾਵੇਗੀ? ਜਿੱਥੇ ਰੱਖੋ ਖਾਲਸਾ ਜੀ, ਜਿਹੜੀਆਂ ਕੌਮਾਂ ਆਪਣੇ ਧਰਮ ਅਸਥਾਨ ਛੱਡ ਕੇ ਤੁਰ ਜਾਇਆ ਕਰਦੀਆਂ ਨੇ, ਅਸੀਰਕ ਅਸਾਰੇ ਕਦੀਮਾਂ ਦੇ ਰਹਿਮ ਤੇ ਰਹਿ ਜਾਇਆ ਕਰਦੀਆਂ ਨੇ, ਮੱਥਾ ਟੇਕਣ ਵਾਲਾ ਕੋਈ ਨਹੀਂ ਹੋਇਆ ਕਰਦਾ। ਤੂਫਾਨ ਵਾਂਗ ਉੱਠਿਆ ਇਸਲਾਮ ਅਫਰੀਕਾ ਦੇ ਰਸਤੇ, ਉਸਨੇ ਸਾਰਾ ਪੁਰਤਗਾਲ ਔਰ ਬਹੁਤ ਸਾਰਾ ਫਰਾਂਸ ਦਾ ਹਿੱਸਾ ਮੱਲ ਲਿਆ। ਅੱਜ ਵੀ ਪੁਰਤਗਾਲ ਵਿੱਚ ਜਾਓ, ਸਮੁੰਦਰ ਦੇ ਕਿਨਾਰੇ ਆਲੀਸ਼ਾਨ ਮਸਜਿਦਾਂ ਮੌਜੂਦ ਹਨ, ਮਗਰ ਉੱਥੇ ਨਮਾਜ਼ ਪੜ੍ਹਨ ਵਾਲਾ ਕੋਈ ਨਹੀਂ। ਈਸਾਈਅਤ ਨੇ ਕਰਵਟ ਲਈ ਹੈ, ਸਭ ਕੁਝ ਕੱਢ ਦਿੱਤਾ ਗਿਆ। ਨਾਰਾਜ਼ ਨਾ ਹੋਣਾ, ਸਾਡੇ ਧਰਮ ਵਿੱਚ ਵੀ ਮਿਲਾਵਟ ਆ ਗਈ ਹੈ, ਸਾਡੀ ਨੀਤੀ ਵਿੱਚ ਵੀ ਮਿਲਾਵਟ ਆ ਗਈ ਹੈ। ਨਾਰਾਜ਼ ਨਾ ਹੋਣਾ, ਉਮਰ ਵਡੇਰੀ ਹੈ, ਕਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਨਹੀਂ ਪੈਂਦੀ। ਜੇ ਕੋਈ ਅਣਾਣਾ ਗੱਲ ਕਰੇ, ਸਿਆਣਾ ਕਿਆਸ ਕਰ ਲਏ, ਤਾਂ ਉਹ ਗੱਲ ਮਾੜੀ ਨਹੀਂ। ਸਾਡੇ ਅਰਦਾਸੇ ਦੀ ਹਾਲਤ ਲੈ ਲਓ ਬਈ, ਰੋਜ਼ ਇਹੀ ਅਰਦਾਸਾਂ ਕਰਦੇ ਹਾਂ ਨਾ, ਸੱਚੇ ਪਾਤਸ਼ਾਹ ਜਿਨ੍ਹਾਂ ਧਰਮ ਅਸਥਾਨਾਂ ਤੋਂ ਸਿੱਖਾਂ ਨੂੰ ਵਿਛੋੜੇ ਆ ਗਏ, ਪੰਥ ਕੋਲੋਂ ਖੋਏ ਗਏ ਨੇ, ਉਹਨਾਂ ਦੀ ਸੇਵਾ ਸੰਭਾਲ ਦਾ ਪੰਥ ਨੂੰ ਦਾਨ ਬਖਸ਼ੋ। ਸੇਵਾ ਸੰਭਾਲ ਹੀ ਮੰਗਣੇ ਆ, ਮਾਲਕੀ ਨਹੀਂ ਮੰਗਦੀ। ਸਰਦਾਰੀ ਨੇ ਪੰਗੀਆਂ ਦੀ ਕੁੜੀ ਨੂੰ ਕਿਹਾ, ਜਾ ਕੋਲੇ ਦੌੜ ਕੇ ਮਿੱਟੀ ਲਿਆ, ਛੱਪੜ ਤੋਂ ਮਿੱਟੀ ਲਿਆਈ ਹੈ, ਗੋਹਾ ਮਿਲਾਇਆ, ਆ ਚੌਂਕੇ ਜ਼ਰਾ ਗੋਹਾ ਮਿੱਟੀ ਫੇਰ ਦੇ। ਉਸਨੇ ਸੇਵਾ ਕਰ ਦਿੱਤੀ ਹੈ ਚੌਂਕੇ ਦੀ, ਪਰ ਜਿਸਲੇ ਬਾਹਰ ਹੋਈ ਹੈ, ਸਰਦਾਰੀ ਨੇ ਪਾਣੀ ਦਾ ਦਿੱਤਾ ਛੱਟਾ ਅਤੇ ਮਾਲਕ ਬਣ ਗਈ ਹੈ। ਫਿਰ ਉਸ ਲੜਕੀ ਨੂੰ ਇਹ ਆ ਗਿਆ ਨਹੀਂ ਉਹਦੇ ਉੱਤੇ ਪੈਰ ਵੀ ਉਤਰ ਸਕੇ, ਤਾਂ ਕੀ ਇਹ ਸੇਵਾ ਸੰਭਾਲ ਹੈ? ਨਾਰਾਜ਼ ਨਾ ਹੋਣਾ। ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਮੇਰੀ ਬਣਦੀ ਬਹੁਤ ਹੀ ਘੱਟ ਹੈ ਲੋਕਾਂ ਦੇ ਨਾਲ, ਕਿਉਂਕਿ ਮਜਬੂਰੀ ਹੈ, ਬੁਢਾਪੇ ਦਾ ਕਾਰਨ, ਬਹੁਤੀਆਂ ਗੱਲਾਂ ਖਿਆਲ ਨਹੀਂ ਰਹਿ ਜਾਂਦੀਆਂ। ਫਿਰ ਮੈਂ ਅਰਜ਼ ਕਰ ਰਿਹਾ ਸੀ, ਸਾਡੇ ਧਰਮ ਵਿੱਚ ਇੱਕ ਹੋਰ ਮਿਸਾਲ ਦੇਣਾ ਚਾਹੁੰਦਾ ਭਾਈ, ਅਰਦਾਸਾ ਕੇਵਲ ਇਤਨਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਪਲਾ, ਬਾਕੀ ਤਾਂ ਸਾਰੀ ਵਿਆਖਿਆ ਹੈ ਨਾ। ਪੁਰਾਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਨਨਕਾਣਾ ਸਾਹਿਬ ਗੰਡਾਂ ਨਾਲ ਵੱਧ ਕੇ ਸੜ ਗਏ, ਯਾਦ ਕਰਦੇ ਹਾਂ। ਪੰਜਾ ਸਾਹਿਬ ਛਾਤੀਆਂ ਉੱਪਰ ਦੀ ਗੱਡੀਆਂ ਗੁਜ਼ਾਰ ਗਏ, ਯਾਦ ਕਰਦੇ ਹਾਂ। ਗੈਤੋ ਵਿੱਚ ਗੋਲੀਆਂ ਦਾ ਨਿਸ਼ਾਨਾ ਬਣੇ, ਯਾਦ ਕਰਦੇ ਹਾਂ। ਮਗਰ ਦਰਸ਼ਨ ਸਿੰਘ ਫੇਰੂ ਸਿੰਘਾਨ ਦਾ ਨਾਮ ਕਿਉਂ ਨਹੀਂ ਲਿਆ ਜਾਂਦਾ? ਕਿ ਇਹ ਵਿਤਕਰਾ ਨਹੀਂ ਹੈ ਧਰਮ ਦੇ ਅੰਦਰ, ਔਰ ਉਹ ਸ਼ਹੀਦ ਨਹੀਂ? ਮਗਰ ਉਸਦਾ ਨਾਂ ਲਿਆ, ਕੁਝ ਵੱਡੇ ਵੱਡੇ ਆਗੂਆਂ ਦੇ ਸਿਰ ਝੁਕਦੇ ਨੇ, ਇਸ ਵਾਸਤੇ ਉਹਦਾ ਨਾਮ ਕਰ ਦਿੱਤਾ ਗਿਆ ਕਿ ਧਰਮ ਦੇ ਵਿੱਚ ਵਿਤਕਰਾ ਨਹੀਂ ਤਾਂ ਹੋਰ ਕੀ ਹੈ। ਖਾਲਸਾ ਜੀ, ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਸਾਡੇ ਆਗੂ ਸਾਹਿਬਾਨ ਸਾਰੇ ਇੱਕੋ ਗੱਲ ਕਹੀ ਜਾਂਦੇ ਨੇ ਕਿ ਪੰਥ ਵਿੱਚ ਫੁੱਟ ਹੈ, ਪੰਥ ਵਿੱਚ ਫੁੱਟ ਹੈ, ਇਹਨਾਂ ਦਾ ਮਿਲਾਪ ਹੋਣਾ ਚਾਹੀਦਾ। ਮੈਂ ਕਈ ਵਾਰ ਸੋਚਦਾ, ਮੇਰੀ ਸਮਝੋ ਗੱਲ ਬਾਹਰੀ ਹੈ, ਵੀ ਜੇ ਤਾਂ ਪੰਥ ਦਾ ਅਰਥ ਇੰਨਾ ਹੀ ਹੈ, ਜਿਹੜੇ ਸਾਰੇ 15-20 ਵੱਡੇ ਵੱਡੇ ਲੀਡਰ ਨੇ, ਇਹ ਹੀ ਪੰਥ ਹੈ, ਤਾਂ ਉਹਨਾਂ ਦਾ ਮਿਲਾਪ ਕਦੇ ਹੋਣਾ ਹੀ ਨਹੀਂ ਕਿਆਮਤ ਤੱਕ। ਅਤੇ ਜੇ ਆਹ ਸਾਰੇ ਪੰਥ ਹਨ ਤਾਂ ਫਿਰ ਇਹਨਾਂ ਦੀ ਸੁਣਦਾ ਕੋਈ ਨਹੀਂ, ਐਵੇਂ ਦੁਹਾਈ ਕਿਉਂ ਦਿੱਤੀ ਜਾ ਰਹੀ ਹੈ? ਖਾਂਦਾ ਪੀਂਦਾ ਰਜਿਆ ਕਰ ਸੀ ਅਤੇ ਹੋਣੀ ਆਈ, ਘਰ ਦੇ ਵੱਡੇ ਨੂੰ ਕਹਿਣ ਲੱਗੀ ਕਿ ਮੈਂ ਤੇਰੇ 'ਤੇ ਵਰਤਣਾ, ਸਭ ਕੁਝ ਤਬਾਹ ਕਰ ਦੇਣਾ, ਪਰ ਤੇਰੇ ਨਾਲ ਰਿਆਇਤ ਕਰਦੀ ਹਾਂ, ਇੱਕ ਚੀਜ਼ ਜਿਹੜੀ ਤੇਰੀ ਮਰਜ਼ੀ ਹੈ ਮੰਨ ਲੈ, ਉਹ ਮੈਂ ਛੱਡ ਜਾਵਾਂਗੀ। ਸਾਰਿਆਂ ਨੂੰ ਬੁਲਾਇਆ, ਇੱਕ ਮੁੰਡੇ ਨੂੰ ਘੋੜੀਆਂ ਦੌੜਾਉਣ ਦਾ ਚਾਅ ਸੀ, ਉਹਨੇ ਕਿਹਾ, ਬਾਪੂ ਆਪਣੀ ਜਿਹੜੀ ਘੋੜੀ ਹੈ ਸਾਰੇ ਪੁਆਏ 'ਚ ਇਹਦਾ ਮੁਕਾਬਲਾ ਨਹੀਂ, ਇਹ ਰੱਖ ਲਓ, ਬਾਕੀ ਸਭ ਕੁਝ ਲੈ ਜਾਵੇ। ਅਤੇ ਦੂਜੇ ਨੂੰ ਘੁਣ ਦਾ ਚਾਅ ਸੀ, ਉਹਨੇ ਆਖਿਆ, ਘੋੜੀ ਬਿਨਾਂ ਸੜ ਜਾਏਗਾ,
ਮੈਂ ਹੀ ਰੱਖ ਲਈਏ, ਦੁੱਧ ਕਿਉਂ ਬਿਨਾਂ ਨਹੀਂ ਸਰਨਾ? ਹਰ ਇੱਕ ਨੇ ਆਪੋ ਆਪਣੀ ਰਾਏ ਦਿੱਤੀ। ਬਜ਼ੁਰਗ ਨੇ ਕਿਹਾ, ਭਾਈ ਛੋਟੀ ਨੂੰ, ਉਸ ਬੀਬੀ ਨੂੰ ਵੀ ਬੁਲਾ ਲਓ ਨਾ, ਉਹਦੀ ਪੁੱਛ ਲਈਏ। ਸਾਰੇ ਆਖਣ ਲੱਗ ਪਏ, ਉਹਨੂੰ ਕੀ ਪਤਾ, ਉਹ ਤਾਂ ਕਮਲੀ ਹੈ ਬਿਲਕੁਲ, ਕਦੇ ਆਪਣੀ ਰਾਏ ਦਿੰਦਿਆਂ ਸੁਣਿਆ ਜੇ? ਬਸ ਹਰ ਇੱਕ ਨੂੰ ਜੀ, ਵੱਡੇ ਛੋਟੇ ਨੂੰ ਕੰਮ ਜਿਹਦਾ ਮਰਜ਼ੀ ਕਰਾ ਲਓ। ਜੀ ਆਇਆ ਕਿਆ? ਜੀ ਆਇਆ ਕਹਿਣ ਨੂੰ ਤਿਆਰ ਹੈ, ਇਸ ਤੋਂ ਵੱਧ ਕੁਝ ਨਹੀਂ। ਬਜ਼ੁਰਗ ਨੇ ਕਿਹਾ, ਭਾਈ ਫਿਰ ਵੀ ਆਪਣੇ ਪਰਿਵਾਰ ਦਾ ਅੰਗ ਹੈ, ਜੋ ਮੁਸੀਬਤ ਪਵੇਗੀ ਉਸਨੂੰ ਵੀ ਨਾਲ ਸਹਿਣੀ ਪਵੇਗੀ, ਉਹ ਕਿਦਾਂ ਲੈਣਾ ਚਾਹੀਦਾ ਹੈ? ਬੁਲਾਇਆ, ਸਤਿਕਾਰ ਨਾਲ ਸਿਰ ਚੁਕਾ ਕੇ ਆਣ ਖਲੋਤੀ, ਪੁੱਛਿਆ ਤੇ ਕਿਹਾ, ਪਿਤਾ ਜੀ ਹੋ, ਆਪ ਬਜ਼ੁਰਗ ਹੋ, ਮੈਂ ਤਾਂ ਜੀ ਬੱਚੀ ਹਾਂ, ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ, ਮੈਂ ਕੀ ਦੱਸ ਸਕਦੀ ਹਾਂ? ਨਹੀਂ ਪੁੱਤਰ, ਜੋ ਵੀ ਤੇਰੇ ਦਿਲ ਵਿੱਚ ਕਹਿ ਦੇ। ਤਾਂ ਕਹਿੰਦੀ, ਇਹ ਜੇ ਮੇਰੀ ਸਲਾਹ ਪੁੱਛ ਦਿਓ ਪਿਤਾ ਜੀ, ਤਾਂ ਹੁਣੀ ਨੂੰ ਕਹਿ ਦਿਓ ਸਾਡੇ ਪਰਿਵਾਰ ਦਾ ਇਤਫਾਕ ਰਹਿਣ ਦੇ, ਬਾਕੀ ਸਭ ਕੁਝ ਲੈ ਜਾਏ। ਰੌਲਾ ਪਾ ਦਿੱਤਾ, ਆ ਕਹਿੰਦੇ ਨੇ ਕਮਲੀ ਹੈ, ਸਾਡੇ ਵਿੱਚ ਕੋਈ ਨਾ ਇਤਫਾਕੀ ਹੈ ਬਲਾ, ਇਹਨੇ ਕੀ ਮੰਗਿਆ? ਪਰ ਮਨ ਵਿੱਚ ਲੱਗ ਗਈ ਉਸਦੇ ਦਿਲ ਦੀ ਗੱਲ, ਆਈ ਹੋਣੀ, ਕਿਉਂ ਵੀ ਫੈਸਲਾ ਕਰ ਲਿਆ? ਕਹਿੰਦਾ ਹਾਂ ਕਰ ਲਿਆ। ਦੱਸ ਕਿਹੜੀ ਚੀਜ਼ ਰੱਖਣੀ ਹੈ? ਕਹਿੰਦੀ ਆ, ਮੇਰੇ ਪਰਿਵਾਰ ਦਾ ਇਤਫਾਕ ਬਣਿਆ ਰਹਿਣ ਦੇ, ਬਾਕੀ ਸਭ ਕੁਝ ਲੈ ਜਾਏ। ਹੁਣੀ ਕਹਿੰਦੀ, ਫਿਰ ਬਾਕੀ ਲਿਜਾਣਾ ਮੈਂ ਕੀ ਹੈ? ਜਿੰਨਾ ਚਿਰ ਕਦੇ ਪਰਿਵਾਰ ਵਿੱਚ ਨਾ ਇਤਫਾਕੀ ਹੈ, ਕਦੇ ਤਰੱਕੀ ਨਹੀਂ ਕਰ ਸਕਦਾ। ਜਿਸ ਕੌਮ ਵਿੱਚ ਨਾ ਇਤਫਾਕੀ ਹੈ, ਉਹ ਕੌਮ ਤਰੱਕੀ ਕਰਨ ਦੇ ਸੁਪਨੇ ਕਿਉਂ ਲੈ ਰਹੀ ਹੈ? ਕਿ ਮੂਰਖਾਂ ਦੀ ਦੁਨੀਆਂ ਵਿੱਚ ਵਸਣ ਵਾਲੀ ਗੱਲ ਨਹੀਂ ਹੈ? ਖੈਰ ਖਾਲਸਾ ਜੀ, ਸਾਨੂੰ ਕੁਝ ਸੋਚਣਾ ਪਏਗਾ। ਮਰ ਦੁੱਖ ਦੀ ਗੱਲ ਹੈ, ਜਿਹੜੇ ਸਹੀ ਸੋਚਦੇ ਨੇ ਉਹਨਾਂ ਦੀ ਮੰਨਣ ਨੂੰ ਤਿਆਰ ਕੋਈ ਨਹੀਂ, ਤੇ ਜਿਹੜੇ ਬੋਲਦੇ ਹਨ ਉਹਨਾਂ ਦੇ ਦਿਲ ਵਿੱਚ ਈਮਾਨ ਨਹੀਂ ਹੈ। ਦੋਵੇਂ ਚੀਜ਼ਾਂ ਦੂਰ ਚਲੀਆਂ ਗਈਆਂ ਹਨ, ਇਹ ਘਾਟਾ ਹੈ ਸਾਡੀ ਕੌਮ ਦੇ ਅੰਦਰ। ਖੈਰ ਮੈਂ ਇੱਕੋ ਗੱਲ ਤੇ ਭਰੋਸੇ ਤੇ ਹਾਂ, ਪੱਤਝੜੇ ਆਉਂਦੀ ਹੈ, ਫੁੱਲ ਡਿੱਗ ਜਾਂਦੇ ਨੇ, ਪੱਤੇ ਚੜ ਜਾਂਦੇ ਨੇ, ਭੌਰਾ ਫੇਰ ਵੀ ਉਹਨਾਂ ਕੰਡਿਆਂ ਨਾਲ ਅੜਿਆ ਰਹਿੰਦਾ। ਇਸ ਆਸ ਉੱਤੇ ਕਦੇ ਫਿਰ ਬਹਾਰ ਆਏਗੀ, ਤੁਰਮਾਂ ਫੁੱਟਣਗੀਆਂ, ਫੁੱਲ ਖਿੜਨਗੇ, ਉਹਦੀ ਆਸ ਵਿੱਚ ਜਿਉਂਦਾ ਰਹਿੰਦਾ। ਇੱਕ ਆਸ ਤੇ ਜਿਉਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਖੂਨ ਨਾਲ ਸਿੰਜੀ ਹੋਈ ਕੌਮ ਹੈ, ਇਹ ਮਰੇਗੀ ਨਹੀਂ, ਮਿਟੇਗੀ ਨਹੀਂ, ਮਿਟਾਉਣ ਵਾਲੇ ਘਾਟੇ 'ਚ ਰਹਿਣਗੇ, ਕਿਉਂਕਿ ਭੁਲੇਖੇ ਵਿੱਚ ਪੈ ਗਏ ਹਨ। ਖਰਾਬ, ਮੈਂ ਆਪਣੀ ਫਿਰ ਕਹਾਣੀ 'ਤੇ ਚੱਲਦਾ ਹਾਂ। ਭਾਈ ਮਾਤਹਿਤ ਲਾਜਵਾਬ ਹੋ ਜਾਏ, ਸਿਰ ਝੁਕਾ ਲਿਆ ਕਰਦਾ, ਜੇ ਬਲਵਾਨ ਜਾਂ ਉੱਪਰਲਾ ਲਾਜਵਾਬ ਹੋ ਜਾਏ, ਕਹਿਰ ਵਿੱਚ ਆਣ ਕੇ ਭੜਕ ਉੱਠਿਆ ਕਰਦਾ ਹੈ। ਜਵਾਬ ਕੋਈ ਨਹੀਂ ਹੈ ਬੁੱਢਾ ਸਿੰਘ ਕੋਲ, ਮਾਰ ਕੇ ਮੱਥੇ 'ਤੇ ਤੋੜੀ, ਰੋ ਵਿੱਚ ਆਣ ਕੇ ਕਹਿੰਦਾ, ਕੋਈ ਸੁਰਮਾ ਉੱਠੇ ਜਿਹੜਾ ਮਹਤਾਬ ਸਿੰਘ ਅਸਰ ਲਿਆਵੇ, ਕਿਵੇਂ ਵਾ ਮੱਥੇ ਦਾ ਅਸਰ ਲਿਆਵੇ। ਸਾਡੇ ਤ੍ਰੈਮਣ ਦਿਓਰੀ ਚੱਲੇ ਪਾਣੀ ਆਣ, ਨਾ ਤਾਂ ਹੁਣ ਸਾਡੇ ਤ੍ਰੈਮਣ ਹੀ ਰਹੀ ਹੈ ਤੇ ਨਾ ਪਾਣੀ ਆਣ ਦੇ ਆਸਰੇ, ਹੁਣ ਤਾਂ ਦਵਾਈਆਂ ਦੇ ਆਸਰੇ ਜਾਂ ਸੰਗਤ ਦੇ ਦੀਦਾਰ ਦੇ ਆਸਰੇ ਚੱਲੇ। ਮੁਸੀਬਤ ਹੈ ਮਾਈ।
ਪਿੱਛੇ ਕੀ ਉਡੀਕਦੇ ਨੇ। ਪਛਾਣ ਨਹੀਂ ਜਾਂਦੀ, ਇਹ ਗਾਹ ਨਹੀਂ ਚੜ੍ਹਦੀ। ਇਹ ਤਾਂ ਪਿੱਛੇ ਛੱਡ ਆਇਆ, ਮੇਰਾ ਨਿਸ਼ਾਨਾ ਸੀ, ਸੁਣਿਆ ਹੁਕਮ ਹੈ। ਮਹਿਤਾਬ ਸਿੰਘ ਉਸਤੋਖਾ ਸਿੰਘ ਦੁਆ ਨੇ ਤਲਵਾਰ ਸਾਰੀ ਮੈਦਾਨ ਵਿੱਚ ਆ ਗਈ। ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਬਈ, ਤੇ ਇਹ ਘਟਨਾ ਬਿਲਕੁਲ ਬਾਬਾ ਦੀਪ ਸਿੰਘ ਦੀ ਘਟਨਾ ਦੇ ਨਾਲ ਮਿਲਦੀ। ਉਦੋਂ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੈ, ਇਸ ਵੇਲੇ ਵੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੈ। ਬੁੱਢਾ ਸਿੰਘ ਕਹਿ ਰਿਹਾ, ਕੋਈ ਸੁਰਮਾ ਉੱਠੇ ਜਿਹੜਾ ਜਾ ਕੇ ਮੱਸੇ ਦਾ ਸਿਰ ਲੈ ਆਏ। ਪਰ ਬਾਬਾ ਦੀਪ ਸਿੰਘ ਕਹਿ ਰਿਹਾ, ਮੈਂ ਚੱਲਿਆ ਹਾਂ, ਜਿਸ ਨੂੰ ਸਾਚਾ ਹੈ ਸ਼ਹੀਦੀ ਦਾ, ਮੇਰੇ ਮਗਰੇ ਆ ਜਾਏ। ਦੋਵੇਂ ਸਿੱਖੀ ਦੇ ਥੰਮ ਹਨ, ਚੋਟੀ ਦੇ ਸਿੱਖ ਹਨ, ਮਗਰੇ ਫਰਕ ਕਿਉਂ ਹੈ? ਥੋੜ੍ਹਾ ਜਿਹਾ ਨੀਤੀ ਵਿੱਚ ਫਰਕ ਹੈ। ਜਹੇਦਾਰ ਬੁੱਢਾ ਸਿੰਘ, ਨੀਤੀ ਪਹਿਲਾਂ ਹੈ ਅਤੇ ਧਰਮ ਉਸਦੇ ਬਾਅਦ ਉਹਦੀ ਸਹਾਇਤਾ ਵਾਸਤੇ ਹੈ। ਪਰ ਬਾਬਾ ਦੀਪ ਸਿੰਘ, ਧਰਮ ਪਹਿਲਾਂ ਹੈ, ਨੀਤੀ ਉਹਦੀ ਸਹਾਇਤਾ ਦੇ ਵਾਸਤੇ ਹੈ। ਅੱਜ ਉਹ ਰੌਲਾ ਪੈਂਦਾ ਹੈ ਕਿ ਨੀਤੀ ਨੂੰ ਧਰਮ ਨਾਲੋਂ ਬਿਲਕੁਲ ਵੱਖਰਿਆਂ ਕਰ ਦਿਓ। ਮਗਰ ਧਰਮ ਔਰ ਨੀਤੀ ਨੂੰ ਵੱਖਰਿਆਂ ਕਰ ਵੀ ਕੋਈ ਸਕਦਾ ਹੈ? ਜਿਹਨਾਂ ਹਵਾਈ ਜਹਾਜ਼ ਦਾ ਸਫ਼ਰ ਕੀਤਾ ਹੈ ਉਹ ਸਮਝਣਗੇ। ਦੋਵੇਂ ਪਰ ਹਨ, ਜਿਹੜਾ ਪਾਸੇ ਦਾ ਪਰ ਸਾਰਾ ਨੀਵਾਂ ਹੋ ਜਾਏ, ਜਹਾਜ਼ ਉਸੇ ਪਾਸੇ ਮੁੜਿਆ ਆਉਂਦਾ। ਪੰਛੀ ਉੱਡਦੇ ਵੇਖ ਲਓ, ਜਿਹੜਾ ਪਰ ਝੁਕੇਗਾ ਉਸੇ ਪਾਸੇ ਚੱਕਰ ਕੱਟ ਕੇ ਆ ਜਾਏਗਾ। ਨਾ ਇਕੱਲੇ ਪਰ 'ਤੇ ਹਵਾਈ ਜਹਾਜ਼ ਉੱਡ ਸਕਦਾ ਹੈ, ਨਾ ਇਕੱਲੇ ਪਰ 'ਤੇ ਪੰਛੀ ਉੱਡ ਸਕਦਾ ਹੈ, ਅਤੇ ਨਾ ਹੀ ਇਕੱਲੇ ਪਰ ਨਾਲ ਕੋਈ ਕੌਮ ਜਿਉਂਦੀ ਰਹਿ ਸਕਦੀ ਹੈ। ਇਹ ਧਰਮ ਵੀ ਚਾਹੀਦਾ ਔਰ ਨੀਤੀ ਵੀ ਚਾਹੀਦੀ ਹੈ। ਮਗਰ ਪੋਲੀਟਿਕਸ ਵਿੱਚ ਆਏ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਅੱਜ ਕਈ ਜਾ ਰਹੇ ਨੇ। ਇੱਕ ਖੰਭ ਕੱਢ ਦਿਓ, ਇਹ ਸਾਡਾ ਬਾਜ ਇੱਕੇ ਖੰਭ 'ਤੇ ਉਡਾਰੀਆਂ ਲਾਈ ਚਲਾ ਜਾਏਗਾ। ਅਣਹੋਣੀ ਚੀਜ਼ ਹੈ। ਜੇ ਤੇਰੇ ਕੋਲ ਖਾਲਸਾ ਜੀ ਬੱਚਾ ਗਲਤੀ ਕਰੇਗਾ, ਇੱਕ ਖਿਡੌਣਾ ਤੋੜ ਦੇਵੇਗਾ ਨਾ, ਇਸ ਤੋਂ ਵੱਧ ਕੀ ਕਰ ਲਏਗਾ? ਮਗਰ ਇਹ ਲੀਡਰ ਗਲਤੀ ਕਰੇਗਾ, ਕਈ ਵਾਰ ਕੌਮ ਨੂੰ ਬਰਬਾਦ ਕਰ ਦਿਆ ਕਰਦਾ ਹੈ। ਕਿਤਨਾ ਆਦਮੀ ਵੱਡਾ ਹੈ, ਉਹਦੀ ਗਲਤੀ ਦਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਿਆ ਕਰਦਾ। ਦੋ ਸੂਰਮੇ ਉੱਠ ਬੈਠੇ ਤਿਆਰ ਹੋ ਗਏ ਹਨ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਕੇਵਲ ਮਰਨ ਬਦਲੇ ਨਾ ਜੀਓ। ਕਿਸੇ ਦਾ ਉਰਦੂ ਦਾ ਸ਼ੇਰ ਹੈ ਕਿ ਲੋਕ ਕਹਿਤੇ ਹੈ ਅਮੀਰ ਪਰ ਜੀਤੇ ਹੈ, ਹੁਣ ਬੁਢਾਪੇ ਭੁੱਲ ਗਿਆ,
ਤੇ ਉਮੀਦ ਦੇ ਆਸਰੇ ਜਿਉਂਦੇ ਨੇ ਲੋਕ, ਹਮੇ ਤੋ ਜੀਨੇ ਕੀ ਵੀ ਉਮੀਦ ਨਹੀਂ। ਮਗਰ ਮੇਰੀ ਰਾਏ ਖਾਲਸਾ ਜੀ, ਸਿਰ ਮਰਨ ਬਦਲੇ ਨਾ ਜੀਓ, ਕੁਛ ਕਰਨ ਬਦਲੇ ਜੀਓ। ਜੇ ਕਰਨ ਤੋਂ ਪਹਿਲਾਂ ਹੀ ਮਰ ਗਏ ਤਾਂ ਉਹਦੇ ਜੰਮਣ ਦਾ ਕੀ ਫਾਇਦਾ ਹੈ। ਇੱਕ ਪੁਰਾਣੀ ਕਵੀ ਦੀ ਪੰਕਤੀ ਯਾਦ ਆਈ ਹੈ, ਕਹਿੰਦਾ ਐਡੀ ਹੈਦਰ ਆ ਵੀ ਸਾਥੋਂ ਉਹ ਚੰਗੇ ਜਿਹੜੇ ਕੱਲ ਜੰਮੇ ਅੱਜ ਗੋਰ ਪਏ। ਚੰਗੇ ਕਿਹੜੀ ਗੱਲੋਂ? ਦੇਖੋ ਉਹਨਾਂ ਚਿੱਕੜ ਪਾਓ ਨਾ ਬੋਲਿਆ ਨਾ ਆਲੂਦ ਪਏ, ਉਹਨਾਂ ਨੇ ਕੋਈ ਬੁਰਾ ਕੰਮ ਤਾਂ ਨਹੀਂ ਕੀਤਾ, ਜੰਮੇ ਤੇ ਮਰ ਗਏ। ਤੇ ਮੇਰਾ ਸਵਾਲ ਹੈ, ਜੇ ਉਹਨਾਂ ਨੇ ਬੁਰਾ ਕੰਮ ਨਹੀਂ ਕੀਤਾ ਤਾਂ ਚੰਗਾ ਵੀ ਤਾਂ ਕੋਈ ਨਹੀਂ ਕੀਤਾ। ਸੋ ਚੰਗਾ ਕਰਨ ਵਾਸਤੇ ਜੀਵੋ, ਮਰਨ ਵਾਸਤੇ ਨਾ ਜੀਵੋ, ਕੁਛ ਕਰਨ ਵਾਸਤੇ ਜੀਵੋ। ਤੁਹਾਡੀ ਯਾਦਾਂ ਪਿੱਛੇ ਰਹਿ ਜਾਣਗੀਆਂ। ਇਹੀ ਜਿਸ ਮਹਾਂਪੁਰਸ਼ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹਾਂ, ਜਵਾਨੀ ਆਈ ਧੂਏ ਉੱਤੇ ਬਹਿ ਕੇ ਸੁਣੀਆਂ ਸਿੰਘਾਂ ਦੀਆਂ ਬਹਾਦਰੀਆਂ ਦੀਆਂ ਗੱਲਾਂ, ਤੇ ਜਵਾਨੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੀ, ਘਰੋਂ ਦੌੜ ਗਿਆ ਹੈ, ਜਾ ਕੇ ਅਮਰ ਛਕਲਿਆ। 5-6 ਮਹੀਨੇ ਦੇ ਬਾਅਦ ਜਾਂ ਕੁਝ ਅਰਸੇ ਦੇ ਬਾਅਦ ਤਿਆਰ ਬਰ ਤਿਆਰ ਹੋਇਆ। ਮਾਪਿਆਂ ਦਾ ਮੋਹ ਹੈ, ਔਰ ਮਾਪਿਆਂ ਦਾ ਮੋਹ ਤਿਆਗਣਾ ਵੀ ਨਹੀਂ ਚਾਹੀਦਾ। ਹਾਂ, ਇਹ ਗੱਲ ਮੈਂ ਕਹਾਂਗਾ ਕਿ ਜੇ ਮਾਪੇ ਕੁਰਾਹੇ ਪਾਉਣਾ ਚਾਹੁਣ ਤਾਂ ਚੱਜ ਨਾਲ ਉਸਨੂੰ ਟਾਲਣਾ ਚਾਹੀਦਾ ਹੈ। ਫਿਰ ਮੈਂ ਅਰਜ਼ ਕਰ ਰਿਹਾ ਸੀ, ਆਏ ਮਾਪਿਆਂ ਦੇ ਅੰਦਰ ਪੁੱਤਰ ਦਾ ਮੋਹ ਜ਼ਿਆਦਾ ਹੈ। ਕਹਿੰਦੇ ਕਿ ਸੁੱਖਾ ਸਿੰਘ ਆ, ਇਹ ਸਾਡੇ ਵੱਸ ਦਾ ਰੋਗ ਨਹੀਂ। ਪਤਾ ਲੱਗ ਗਿਆ ਇਲਾਕੇ ਦੇ ਚੌਧਰੀਆਂ ਨੂੰ, ਸਾਰਾ ਕਾਣ ਬੱਚਾ ਕਾਣ ਪੀੜਿਆ ਜਾਏਗਾ। ਇਹ ਸੜਦੇ ਸਿੱਖੀ ਤੇ ਪਹਿਲਾਂ ਵਾਂਗ ਗੁਜ਼ਾਰਾ ਕਰੇ ਤਾਂ ਕਿ ਵੱਧਦੇ ਰਹਿ ਸਕੀਏ। ਇਤਿਹਾਸ ਕੇ ਕਹਿਣ ਲੱਗਾ, ਪਿਤਾ ਜੀ ਤੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਕ ਤਨੀ, ਮੂੰਹ ਲਾਲਣ ਸਿਉਂ ਪ੍ਰੀਤ ਬਣੇ। ਅੱਜ ਵੀ ਸਿੱਖਾਂ ਅੰਦਰ ਝਾਤੀ ਮਾਰ ਕੇ ਵੇਖ ਵੀ ਪ੍ਰੀਤ ਸੱਚਮੁੱਚ ਹੀ ਟੁੱਟਣ ਵਾਲੀ ਨਹੀਂ ਜਾਂ ਕਈ ਟੁਕੜੇ ਹੋ ਚੁੱਕੀ ਹੈ। ਖੈਰ ਮੈਂ ਅਰਜ਼ ਕਰ ਰਿਹਾ ਸੀ, ਮਾਪਿਆਂ ਦੇ ਮਨ ਵਿੱਚ ਬੱਚੇ ਦੇ ਧਰਮ ਨਾਲੋਂ ਬੱਚੇ ਦਾ ਮੋਹ ਪ੍ਰਬਲ ਹੈ। ਸੁੱਖਾ ਪਿਆ ਕੇ ਸੁੱਤੇ ਪਏ ਬੇਹੋਸ਼ ਦੇ ਉਹਦੇ ਵਾਲ ਕੱਢ ਦਿੱਤੇ ਨੇ। ਜਦ ਕੇਸ ਨਹੀਂ ਰਹਿਣਗੇ ਤੇ ਫਿਰ ਕੀ ਰਹਿ ਜਾਏਗਾ? ਬਾਈ ਤੁਸੀਂ ਤੱਕਦੇ ਹੋ ਨਾ, ਹਰ ਚੀਜ਼ ਦੇ ਉੱਪਰ ਨਿਸ਼ਾਨ ਹੁੰਦਾ ਔਰ ਸਭ ਤੋਂ ਉਚੇਰਾ ਹੁੰਦਾ ਹੈ। ਮੈਂ ਕਈ ਵਾਰ ਸੋਚਿਆ ਕਰਦਾ, ਜੇ ਮਨ ਮੰਦਰ ਹੈ ਹਰੀ ਦੇ ਵਸਣ ਵਾਲਾ, ਇਹ ਉਹਦੇ ਉੱਪਰ ਨਿਸ਼ਾਨ ਹੈ, ਇਹ ਰੱਬ ਦਾ ਨਿਸ਼ਾਨ ਹੈ ਜੋ ਕੇਸ ਕਟਾ ਦਿੰਦਾ ਰੱਬ ਤੋਂ ਮੁਨਕਰ ਨਹੀਂ ਤਾਂ ਹੋਰ ਕੀ, ਉਸਨੇ ਨਿਸ਼ਾਨ ਉਡਾ ਦਿੱਤਾ ਹੈ। ਕੈਰ ਵਿੱਚ ਅੱਗ ਲੱਗ ਉੱਠੀ, ਭੜਕ ਉੱਠਿਆ ਹੈ, ਦੌੜਿਆ ਕਰੋ। ਮਗਰ ਮਾਪੇ ਦੌੜੇ, ਗੁਆਂਢੀ ਦੌੜੇ, ਜਾਂਦਿਆਂ ਖੂਹੀ ਵਿੱਚ ਛਾਲ ਮਾਰ ਦਿੱਤੀ ਹੈ। ਜਿਸਨੂੰ ਰੱਬ ਰੱਖਣਾ ਹੋਵੇ, ਕਈ ਵਾਰ ਮੋਦੀ ਮੂੰਹ ਵੀ ਵੱਜ ਆਇਆ ਕਰਦਾ ਹੈ। ਹੋ ਸਕਦਾ ਪਾਣੀ ਛੋਟਾ ਹੋਏਗਾ, ਪਹੁੰਚੇ ਨੇ ਲੋਕ ਜਾ ਕੇ ਕੱਢਣ ਦਾ ਯਤਨ ਕਰਦੇ ਨੇ, ਨਿਕਲਦਾ ਨਹੀਂ। ਕਹਿੰਦਾ ਜ਼ਿੰਦਗੀ ਨਾਲੋਂ, ਕਲੰਕਤ ਜੀਵਨ ਨਾਲੋਂ ਇਸਨੂੰ ਖਤਮ ਕਰ ਦੇਣਾ ਚੰਗਾ ਹੈ। ਕੋਈ ਵਿਦਵਾਨ, ਕੋਈ ਸਿਆਣਾ ਆਦਮੀ ਚੱਲਿਆ ਜਾ ਰਿਹਾ ਸੀ, ਵੇਖਿਆ ਖੂਹ ਤੇ ਇੰਨੇ ਆਦਮੀ ਕਿਉਂ ਇਕੱਠੇ ਹੋਏ ਨੇ। ਕੋਲ ਪਹੁੰਚਿਆ ਤੇ ਸੁਣੀ ਗੱਲ, ਸਾਰੀ ਕਹਾਣੀ ਸੁਣੀ। ਕਹਿੰਦਾ ਹਰ ਜੋ ਪਾਸੇ ਹੋਏ ਖਲੋ ਕੇ ਮਨ ਦੇ ਉੱਤੇ ਇੱਕ ਤਾਣਾ ਦੇਂਦਾ, ਉਹ ਮੁੰਡਿਆ ਜੇ ਮਰਨਾ ਹੀ ਮਰਨਾ ਤੇ ਕੁਛ ਕਰਕੇ ਮਾਰੇ, ਗੀਦੀਆਂ ਦੀ ਮੌਤ ਕਿਉਂ ਮਰ ਰਿਹਾ ਹੈ? ਇੱਕ ਬੱਚੇ ਨੇ ਸਾਰੀ ਜ਼ਿੰਦਗੀ ਪੜ੍ਹ ਦਿੱਤੀ ਹੈ।
ਇਨਸਾਨ ਇਕੱਲਾ ਨਹੀਂ ਰਹਿ ਸਕਦਾ, ਇਕੱਠਾ ਜ਼ਿੰਦਗੀ ਦਾ ਹਾਮੀ ਹੈ। ਸੋ ਸਾਡੇ ਵੀ ਦੋ ਪਰਿਵਾਰ ਹੁੰਦੇ ਹਨ, ਵੀ ਇੱਕ ਸਾਡਾ ਨਿੱਜੀ ਪਰਿਵਾਰ ਹੈ, ਮਾਤਾ ਪਿਤਾ ਹੈ ਨੇ, ਪਤਨੀ ਹੈ, ਪੁੱਤਰ ਹੈ ਨੇ, ਰਿਸ਼ਤੇਦਾਰ ਹੈ ਨੇ, ਮਗਰ ਇੱਕ ਕੌਮੀ ਪਰਿਵਾਰ ਹੈ। ਜਿਸ ਵੇਲੇ ਇਹ ਸਵਾਲ ਪੈਦਾ ਹੋ ਜਾਏ ਕਿ ਕੌਮੀ ਪਰਿਵਾਰ ਨੂੰ ਪਹਿਲ ਦੇਣੀ ਹੈ ਜਾਂ ਨਿੱਜੀ ਪਰਿਵਾਰ ਨੂੰ ਪਹਿਲ ਦੇਣੀ ਹੈ, ਤਾਂ ਇਨਸਾਨੀਅਤ ਇਸ ਗੱਲ ਦੀ ਮੰਗ ਕਰਦੀ ਹੈ, ਪਹਿਲਾਂ ਕੌਮੀ ਪਰਿਵਾਰ ਨੂੰ ਤਰਜੀਹ ਦਿਓ ਅਤੇ ਫਿਰ ਪਾਸੇ ਆਪਣੇ ਪਰਿਵਾਰ ਦੇ ਆਓ। ਜੇ ਕੌਮ ਦੇ ਨਾਲ ਪਰਿਵਾਰ ਦਾ ਭਲਾ ਹੁੰਦਾ ਹੈ, ਕੋਈ ਪਾਪ ਨਹੀਂ, ਮਗਰ ਕੌਮ ਦਾ ਕਾਰਜ ਕਰਕੇ ਪਰਿਵਾਰ ਦਾ ਭਲਾ ਕਰਨਾ, ਇਹ ਤਾਂ ਚੰਗੀ ਗੱਲ ਨਜ਼ਰ ਨਹੀਂ ਆਉਂਦੀ। ਮਗਰ ਨਾਰਾਜ਼ ਨਾ ਹੋਣਾ, ਅੱਜ ਸਾਡਾ ਜਾਂ ਆਪਣਾ ਆਪ ਸਾਡੇ ਸਾਹਮਣੇ ਹੈ ਜਾਂ ਆਪਣਾ ਪਰਿਵਾਰ ਸਾਹਮਣੇ ਹੈ, ਕੌਮੀ ਹਿੱਤ ਕਿਤੇ ਹੈ ਵੀ ਕਿਸੇ ਵਿੱਚ? ਅਸਲ ਕਿ ਨਿਗਾਹ ਵੀ ਕਮਜ਼ੋਰ ਹੋ ਗਈ, ਮੈਨੂੰ ਕਿਸੇ ਵਿੱਚ ਨਜ਼ਰ ਨਹੀਂ ਆਉਂਦਾ ਇਸ ਵੇਲੇ ਕਿ ਕਿਸੇ ਵਿੱਚ ਕੌਮੀ ਹਿੱਤ ਵੀ ਹੁੰਦਾ ਹੋਵੇ। ਖੈਰ, ਪ੍ਰਭੂ ਰਾਜ਼ੀ ਰੱਖੇ ਬਾਈ। ਅਖਾਣ ਹੈ ਕਿ ਲੈਕਚਰ ਦੇਣ ਦਾ ਅਤੇ ਲੱਸੀ ਦੇ ਵਧਾਉਣ ਦਾ ਕੀ ਫਰਕ ਪੈਂਦਾ? ਦੋ ਕੜੇ ਹੋਰ ਪਾ ਦਿੱਤੇ, ਪਾਣੀ ਦੇ ਸਰ ਗਏ। ਮਗਰ ਇੱਕ ਚੀਜ਼ ਮੈਂ ਦੇਖੀ ਹੈ, ਈਸਾਈਆਂ ਵਿੱਚ ਸਾਰੀ ਸੰਸਾਰ ਦੀ ਆਬਾਦੀ ਦਾ ਤੀਜਾ ਹਿੱਸਾ ਈਸਾਈ ਹਨ। ਇੱਕ ਵਾਰ ਇੰਗਲੈਂਡ 'ਚ ਫਿਰਦੇ ਹਾਂ, ਗੱਲਾਂ ਬਾਤਾਂ ਚੱਲੀਆਂ, ਇੱਕ ਆਦਮੀ ਕਹਿੰਦਾ ਹੈ ਕਿ ਸਿੱਖੋ, ਤੁਸੀਂ ਬੜੇ ਨਾਸ਼ੁਕਰੇ ਹੋ, ਗੁਨਾਹਗਾਰ ਹੋ। ਮੈਂ ਕਿਹਾ ਕਿਉਂ? ਕਹਿੰਦਾ ਸਾਡਾ ਇੱਕ ਸ਼ਹੀਦ ਹੋਇਆ ਸੀ, ਅਸਾਂ ਦੁਨੀਆਂ ਦਾ ਤੀਜਾ ਈਸਾਈ ਸਾਹਿਬ ਬਣਾ ਲਿਆ, ਤੁਹਾਡੇ ਲੱਖਾਂ ਸ਼ਹੀਦ ਨੇ, ਤੁਸਾਂ ਕਿੰਨਿਆਂ ਨੂੰ ਸਿੱਖ ਬਣਾਇਆ? ਹੁਣ ਤਾਂ ਇਸ ਗੱਲ ਦੀ ਚਿੰਤਾ ਹੈ ਵੀ ਜਿਹੜੇ ਸਾਡੇ ਘਰੀ ਜੰਮਦੇ ਨੇ, ਜੇ ਉਹਨੇ ਵੀ ਰਹਿਣ ਤਾਂ ਗਰੀਮਤ ਹੈ, ਨਹੀਂ ਤਾਂ ਖਤਰਾ ਉਹਨਾਂ ਵਾਸਤੇ ਵੀ। ਇਸ ਹਾਲਤ ਵਿੱਚ ਸਿੱਖੀ ਨੂੰ ਸੰਭਾਲਣਾ ਉਹਨਾਂ ਮੁਦਈਆਂ ਦਾ ਕੰਮ ਹੈ ਜੋ ਸਿੱਖੀ ਦੇ ਨਾਂ ਉੱਤੇ ਜਿਉਂਦੇ ਨੇ, ਸਿੱਖੀ ਦੇ ਨਾਂ ਉੱਤੇ ਰਾਜ ਕਰਦੇ ਨੇ, ਸਿੱਖੀ ਦੇ ਨਾਂ ਉੱਤੇ ਮੌਜਾਂ ਮਾਣਦੇ ਨੇ। ਜੇ ਨਹੀਂ ਤਾਂ ਚੇਤੇ ਰੱਖੋ ਖਾਲਸਾ ਜੀ, ਕੋਈ ਦਿਨ ਆਏਗਾ ਜਦ ਹਰ ਕੀਤੀ ਦਾ ਜਵਾਬ ਇਨਸਾਨ ਨੂੰ ਦੇਣਾ ਪਵੇਗਾ। ਆਓ ਮੈਂ ਆਪਣੀ ਕਹਾਣੀ 'ਤੇ ਚੱਲਦਾ ਬਾਈ, ਦੋ ਚਾਰ ਛੰਦ ਮੈਂ ਹੋਰ ਕਹਿਣੇ ਨੇ, ਕਿਉਂਕਿ ਮੇਰੇ ਸਾਹਮਣੇ ਮੈਂ ਪਹਿਲਾਂ ਵੀ ਕਿਹਾ ਹੈ ਨਾ ਕਿ ਮੇਰੀ ਆਤਮਾ ਇਸ ਵੇਲੇ ਮੇਰੀ ਪਤਨੀ ਵਿੱਚ ਹੈ, ਜਿਸ ਨੇ ਮੇਰੇ ਨਾਲ ਜ਼ਿੰਦਗੀ, ਉਹਨਾਂ ਦੀ ਉਮਰ ਮੇਰੇ ਬਰਾਬਰ ਹੈ, 80ਵਾਂ ਸਾਲ ਜਾ ਰਿਹਾ ਹੈ, ਜਿਸ ਨੇ ਚੰਗੇ ਢੰਗ ਨਾਲ ਘਰ ਸੰਭਾਲਿਆ, ਆਪ ਅਨਪੜ੍ਹ ਹੈ, ਮਗਰ ਜਿਸ ਚੰਗੇ ਢੰਗ ਨਾਲ ਉਸਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਔਰ ਘਰ ਨੂੰ ਸੰਭਾਲਿਆ, ਹਜ਼ਾਰਾਂ ਵਿੱਚ ਇੱਕ ਪੜ੍ਹੀ ਲਿਖੀ ਲੜਕੀ ਹੋਵੇਗੀ ਜਿਸ ਨੇ ਘਰ ਨੂੰ ਇਸ ਤਰ੍ਹਾਂ ਸੰਭਾਲ ਲੈਣੀ ਸੀ। ਕਈ ਵਾਰ ਉਹਨਾਂ ਨੇ ਕਹਿਣਾ ਕਿ ਹੁਣ ਤੁਸੀਂ ਮੈਨੂੰ ਅਨਪੜ੍ਹ ਨਹੀਂ ਕਹਿ ਸਕਦੇ, ਮੇਰੇ ਪੁੱਤਰ ਅਤੇ ਪੋਤਰੇ ਡਾਕਟਰ ਅਤੇ ਇੰਜੀਨੀਅਰ ਹਨ। ਸੋ ਭਾਈ, ਉਸਦਾ ਸੇਕ ਪਹੁੰਚਣਾ ਕੁਦਰਤੀ ਹੈ, ਇਸ ਲਈ ਮੈਂ 2 ਵਜੇ ਇੱਥੋਂ ਚਲੇ ਜਾਣਾ ਹੈ। ਅਗਾਂਹ ਵਾਸਤੇ ਵੀ ਬੇਨਤੀ ਹੈ, ਬੱਚੇ ਆਉਣ, ਠੀਕ ਹੈ, ਮੇਰੀਆਂ ਇਹ ਆਸਾਂ ਹਨ, ਰੀਝਾਂ ਹਨ, ਪਰ ਇੱਕ ਗੱਲ ਕਹਿਣਾ ਹੈ, ਜੇ ਕੋਈ ਇਸਦਾ ਇੰਨਾ ਹੀ ਅੰਦਾਜ਼ਾ ਹੋਵੇ ਮੈਂ ਸ਼ੀਤਲ ਵਰਗਾ ਬਣ ਜਾਵਾਂ, ਤੇ ਮੈਂ ਸਮਝ ਉਹਨੇ ਕੱਖ ਨਹੀਂ ਕੀਤਾ, ਮੇਰੇ ਮਾਪੇ ਅਨਪੜ੍ਹ ਸਨ, ਤੇ ਜੇ ਅੱਜ ਮੇਰੀ ਔਲਾਦ ਜਾਂ ਉਸਦੇ ਬਰਾਬਰ ਦੇ ਵੀ ਮੇਰੇ ਜਿੰਨੇ ਰਹੇ ਤਾਂ ਕੀਤਾ ਕੀ ਹੈ? ਮੈਥੋਂ ਅਗਾਂਹ ਵਧਣ ਦਾ ਯਤਨ ਕਰਨੇ। ਇੱਕ ਸਾਡੇ ਧਰਮ ਦੇ ਅੰਦਰ ਬਹੁਤ ਵੱਡੀ ਕਮਜ਼ੋਰੀ ਹੋਰ ਹੈ, ਈਸਾਈਆਂ ਵਿੱਚ ਕਿਸੇ ਆਦਮੀ ਦੇ ਹੱਕ ਨਹੀਂ ਹੈ ਕਿ ਉਹ ਈਸਾਈ ਮਤ ਦਾ ਪ੍ਰਚਾਰ ਕਰ ਸਕੇ, ਕੇਵਲ ਜਿਹੜੇ ਚਰਚ ਵੱਲੋਂ ਨਿਯਤ ਹਨ। ਪਹਿਲੀ ਗੱਲ, ਉਹ ਹਾਈ ਐਜੂਕੇਟਡ ਹਨ, ਧਾਰਮਿਕ ਸਿੱਖਿਆ ਹੈ, ਤਨਖਾਹ ਉਹਨਾਂ ਨੂੰ ਇੰਨੀਆਂ ਮਿਲਦੀਆਂ ਨੇ, ਕਿਸੇ ਗੱਲ ਦੀ ਗੁੰਜਾਇਸ਼ ਨਹੀਂ ਰਹਿ ਸਕਦੀ, ਹਰ ਇੱਕ ਈਸਾਈ ਮਤ ਦਾ ਪ੍ਰਚਾਰ ਨਹੀਂ ਕਰ ਸਕਦਾ। ਮਗਰ ਇਹ ਸਾਡਾ ਹੀ ਕਰ ਹੈ, ਭਾਵੇਂ ਸਿੱਖੀ ਦੇ ਵਿਰੁੱਧ ਬੋਲ ਜਾਏ, ਭਾਵੇਂ ਸਿੱਖੀ ਦੇ ਹੱਕ ਵਿੱਚ ਬੋਲ ਜਾਏ, ਜੋ ਜੀ ਆਏ ਕਹੀ ਚਲਾ ਜਾਏ, ਇੱਥੇ ਰੋਕਣ ਵਾਲਾ ਕੋਈ ਨਹੀਂ। ਇਹ ਪ੍ਰਚਾਰ ਦੇ ਅੰਦਰ ਬਹੁਤ ਵੱਡੀ ਖਾਮੀ ਹੈ। ਮੈਂ ਚਾਹੁੰਦਾ ਹਾਂ ਕਿ ਜਿਹੜੇ ਕਰੋੜਾਂ ਦਾ ਬਜਟ ਹੈ ਸ਼੍ਰੋਮਣੀ ਕਮੇਟੀ ਦਾ, ਇਹਨਾਂ ਨੂੰ ਚੰਗੇ ਸੁਚੱਜੇ ਪ੍ਰਚਾਰਕ ਵੀ, ਇਹਨਾਂ ਬੱਚਿਆਂ ਨੂੰ
ਇਹਨਾਂ ਦਾ ਬੋਲਣ ਦਾ ਚੱਕ ਲੱਥਾ ਹੋਇਆ ਹੈ। ਇਹਨਾਂ ਨੂੰ ਸਿੱਖਿਆ ਦੇਣ, ਟ੍ਰੇਨਿੰਗ ਦੇਣ, ਚੰਗਾ ਸਾਹਿਤ ਦੇਣ ਤਾਂ ਕਿ ਚੰਗੇ ਬਣ ਸਕਣ। ਮਗਰ ਭਾਈ ਉੱਥੇ ਤਾਂ ਪੜੋਲ ਹੈ ਸਾਡੀ ਸ਼੍ਰੋਮਣੀ ਕਮੇਟੀ ਵੀ, ਜਾਂ ਉੱਥੋਂ ਛਾਲ ਮਾਰ ਕੇ ਚੰਡੀਗੜ੍ਹ ਜਾਣਾ ਹੈ ਜਾਂ ਦਿੱਲੀ ਜਾਣਾ, ਬਾਕੀ ਰਸਤੇ ਵਿੱਚ ਟਿਕਾਣਾ ਕੋਈ ਨਹੀਂ। ਜਿਹਨਾਂ ਲੋਕਾਂ ਨੇ ਸਿੱਖੀ ਦਾ ਸੇਵਾ ਕੀਤੀ ਉਮਰ ਭਰ, ਇੱਕ ਰਾਗੀ ਸਿੰਘ, ਮੈਨੂੰ ਨਾਂ ਉਸਦਾ ਯਾਦ ਨਹੀਂ ਰਿਹਾ, ਅੱਖਾਂ ਤੋਂ ਨੇਤਰਹੀਣ ਸੀ, ਸੂਰਮਾ ਸੀ, ਸਾਰੀ ਉਮਰ ਉਸਨੇ ਕੀਰਤਨ ਕੀਤਾ ਹੈ, ਦਰਬਾਰ ਸਾਹਿਬ ਇੱਕ ਮੁਲਾਜ਼ਮ ਸੀ, ਮੈਂ ਜਿਸ ਵੇਲੇ ਰਿਟਾਇਰ ਹੋ ਗਿਆ ਉਹ ਬਾਜ਼ਾਰ ਵਿੱਚ ਰਿੜਦਾ ਫਿਰਦਾ ਮੰਗ ਕੇ ਮਰਿਆ। ਜੇ ਸਾਰੀ ਕੌਮ ਦੇ ਮੱਥੇ 'ਤੇ ਉਲਾਂਭਾ ਨਹੀਂ। ਮੈਂ ਇੱਕ ਵਾਰ ਦੀਵਾਲੀ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੋਹਣ ਸਿੰਘ ਭੁੱਕੇ ਵਾਲੀ ਦਾ ਹਾਲ ਵੀ ਬਹੁਤ ਅੱਛਾ ਨਹੀਂ ਸੀ, ਮਗਰ ਉਹਨੂੰ ਤਾਂ ਫਿਰ ਵੀ ਸਰਦਾਰ ਹੁਕਮ ਸਿੰਘ ਦੇ ਉੱਦਮ ਦੇ ਨਾਲ ਜਿਹੜੀ ਸ਼ਤਾਬਦੀ ਕਮੇਟੀ ਬਣੀ ਹੈ ਸਿੰਘ ਸਭਾ, ਉਹ 'ਚੋਂ 250 ਰੁਪਇਆ ਮਹੀਨਾ ਉਸਦੀ ਜ਼ਿੰਦਗੀ ਵਾਸਤੇ ਮਿਲ ਗਿਆ ਸੀ। ਖੈਰ ਮੈਂ ਅਰਜ਼ ਕਰ ਰਿਹਾ ਸੀ, ਮੈਂ ਇੱਕ ਵਾਰ ਦੀਵਾਲੀ 'ਤੇ ਕਿਹਾ ਕਿ ਇਸ ਤਰ੍ਹਾਂ ਦੇ ਸੱਜਣ ਜਿਹੜੇ ਮੁੜ ਕੇ ਕਮਾ ਕੇ ਖਾਣ ਜੋਗੇ ਨਹੀਂ, ਸਾਰੀ ਉਮਰ ਪ੍ਰਚਾਰ ਕਰਦਿਆਂ ਗੁਜ਼ਾਰਿਆ ਹੈ, ਚੰਗਾ ਕੀਤਾ ਜਾਂ ਮਾੜਾ ਕੀਤਾ ਹੈ, ਜੇ ਉਹ ਸੜਕ ਨਹੀਂ ਬਣਾ ਸਕੇ ਤਾਂ ਡੰਡੀ ਤਾਂ ਪਾਈ ਹੈ, ਕੰਢੇ ਤਾਂ ਹਟਾਏ ਨੇ ਰਾਹ ਵਿੱਚੋਂ, ਉਹਨਾਂ ਦੀ ਪਿਛਲੀ ਉਮਰ ਜਦੋਂ ਕਮਾਉਣ ਜੋਗੇ ਨਾ ਰਹੇ ਜਾਣ ਤਾਂ ਉਹਨਾਂ ਦੀ ਕੋਈ ਸਹਾਇਤਾ ਕਰਨੀ ਚਾਹੀਦੀ। ਕਈਆਂ ਨੇ ਕਿ ਨਾਲ ਮੈਂ ਕਹਿ ਵੀ ਦਿੱਤਾ ਕਿ ਮੈਨੂੰ ਇਸ ਚੀਜ਼ ਦੀ ਲੋੜ ਨਹੀਂ, ਅਤੇ ਨਾਲ ਕਿਹਾ ਇਹ ਆਪਣੇ ਵਾਸਤੇ ਸੁਵਿਧਾ ਜੀ। ਗੁਰਬਾਣੀ ਵਿੱਚ ਕੇਵਲ ਮੱਥਾ ਟੇਕਣ ਦਾ ਮਸਲਾ ਹੀ ਨਹੀਂ ਹੈ, ਗੁਰਬਾਣੀ ਵਿੱਚ ਇਤਿਹਾਸ ਹੈ, ਗੁਰਬਾਣੀ ਵਿੱਚ ਆਰਥਿਕ ਮਸਲਾ ਵੀ ਹੈ। ਗੁਰਦੇਵ ਨੇ ਕਿੰਨਾ ਸੁੰਦਰ ਕਿਹਾ, ਜਿਸ ਗਏ ਬਹੁਤ ਤਿਸੇ ਗ੍ਰਹਿ ਚਿੰਤਾ, ਟੈਕਸ ਲੱਗ ਜੂ, ਕੋਈ ਲੁੱਟ ਕੇ ਲੈ ਜੂ, ਮਾਰੇ ਗਏ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ, ਜਿਹਦੀ ਲੋੜ ਨਹੀਂ ਪੂਰੀ ਹੁੰਦੀ ਉਹ ਥਾਂ ਥਾਂ ਨਿਵੇਗਾ, ਨਿਆਉਣ ਲਈ ਮਜਬੂਰ ਹੋ ਜਾਏਗਾ, ਖੁਦਿਆਵੰਤ ਨਾ ਜਾਣੀ। ਲਾਜ ਕੁਲਾਜ ਕਬੂਲ, ਦੋ ਵਿਵਸਥਾ ਸੀ ਜੋ ਮੁਕਤਾ, ਸੋਈ ਸੁਹੇਲਾ ਪਾਲੀਏ। ਨਿਰੰਕਾਰ ਦੀ ਬਖਸ਼ਿਸ਼, ਨਾ ਤਾਂ ਮੈਂ ਕਰੋੜਪਤੀਆਂ ਵਿੱਚੋਂ ਹਾਂ ਕਿ ਮੈਨੂੰ ਕਿਸੇ ਠੱਗ ਲੈਣਾ ਕਿ ਲੁੱਟ ਲੈਣਾ, ਅਤੇ ਨਾ ਮੇਰੀ ਲੋੜ ਤੋਂ ਘੱਟ ਹੀ ਮੇਰੇ ਕੋਲ ਹੈ, ਮੇਰੇ ਈਸ਼ਵਰ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਇਸ ਵਾਸਤੇ ਮੈਂ ਸੰਤੁਸ਼ਟ ਹਾਂ। ਤਾਂ ਰੱਬ ਸਾਰਿਆਂ ਨੂੰ ਸੰਤੁਸ਼ਟੀ ਬਖਸ਼ੇ। ਮਰ ਚੇਤੇ ਰੱਖੋ ਖਾਲਸਾ ਜੀ, ਇਹ ਦੌਲਤ ਦੀ ਇੱਛਾ ਔਰ ਪਦਵੀ ਦੀ ਇੱਛਾ ਇੰਨੀ ਭਾਰੀ ਹੋਇਆ ਕਰਦੀ ਹੈ ਕਿ ਰਾਹ ਵਿੱਚ ਉਹ ਆਦਮੀ ਨੂੰ ਰੋਕ ਲਿਆ ਕਰਦੀ ਹੈ, ਕੁਰਾਹ ਪਾ ਦਿਆ ਕਰਦੀ ਹੈ। ਸੋ ਜਿੰਨੇ ਚਿਰ ਸਾਡੇ ਆਗੂ ਇਸ ਬਿਮਾਰੀ ਤੋਂ ਉੱਚੇ ਨਹੀਂ ਉੱਠਦੇ, ਕੌਮ ਦਾ ਭਲਾ ਹੋਏਗਾ ਜਾਂ ਨਹੀਂ ਹੋਏਗਾ ਇਹ ਪਰਮਾਤਮਾ ਹੀ ਜਾਣੇ। ਖੈਰ ਜਿਸ ਦੇ ਥਾਂ 'ਤੇ ਇਕੱਠੇ ਹੋਏ ਹਨ, ਇਹਦੀ ਬਾਬਤ ਇੱਕ ਨਵੀਂ ਗੱਲ ਸੁਣੀ। ਪੁਰਾਣੇ ਇਤਿਹਾਸਾਂ ਵਿੱਚ ਇੰਨਾ ਲਿਖਿਆ ਹੈ ਵੀ ਸੁੱਖਾ ਸਿੰਘ ਦੀ ਸ਼ਾਦੀ ਦੇ ਬਾਅਦ ਉਹਦੇ ਘਰ ਲੜਕੀ ਹੋਈ, ਜਾਂ ਉਹ ਕੁਦਰਤੀ ਮਰ ਗਈ ਜਾਂ ਉਹਦੀ ਪਤਨੀ ਨੇ ਮਾਰ ਦਿੱਤੀ, ਇਸ ਵਾਸਤੇ ਉਹਦੇ ਜਥੇ ਨੇ ਉਹਦਾ ਪਾਂਡਾ ਛੇਕ ਦਿੱਤਾ। ਉਸ ਵੇਲੇ ਦਾ ਸਮਾਂ ਹਿੰਦੂਆਂ ਦੇ ਅੰਦਰ, ਆਖਿਰ ਅਸੀਂ ਸਿੱਖੇ ਹਿੰਦੂਆਂ ਵਿੱਚ ਹੋਏ ਹਨ, ਖੂਬਸੂਰਤੀ ਲੜਕੀ ਜੰਮਦੀ ਸੀ, ਬੱਚੇ ਮਾਪੇ ਮਾਰ ਦਿੰਦੇ ਸਨ ਕਿਉਂਕਿ ਮੁਸਲਮਾਨਾਂ ਨੇ ਖੋਹ ਕੇ ਲੈ ਜਾਣੀ। ਜੇ ਕਾਲੀ ਕੁਰਾਨ ਲੱਛਣੀ ਛੰਮੇ ਤਾਂ ਉਹਦੀ ਪਰਵਾਹ ਨਹੀਂ। ਅਤੇ ਸਿੱਖਾਂ ਨੇ ਇੱਕ ਫੈਸਲਾ ਕੀਤਾ, ਉਹ ਜੇ ਅਸੀਂ ਆਪਣੀਆਂ ਲੜਕੀਆਂ ਦੀ ਇੱਜ਼ਤ ਨਹੀਂ ਬਚਾ ਸਕਦੇ, ਦੂਜੀਆਂ ਦੀ ਇੱਜ਼ਤ ਕਿਵੇਂ ਬਚਾ ਸਕਾਂਗੇ। ਸੋ ਇਹ ਫੈਸਲਾ ਦੇ ਦਿੱਤਾ ਕਿ ਲੜਕੀ ਮਾਰਨੀ ਨਹੀਂ, ਉਸਨੂੰ ਜਿਉਣ ਦਾ ਸਮਾਂ ਦੇਣਾ। ਤਾਂ ਖੈਰ ਇਸ ਦੇ ਬਾਬਤ ਭੁਲੇਖਾ ਹੈ, ਤਾਂ ਹੁਣ ਨਵਾਂ ਸਵਾਲ ਹੁੰਦਾ ਹੈ। ਇਸ ਤੋਂ ਸੱਜਣਾ ਨੇ ਦੱਸਿਆ, ਸਰਦਾਰ ਬਲਕਾਰ ਸਿੰਘ ਔਰ ਹੋਰਨਾਂ ਨੇ, ਕਿ ਉਸਦੀ ਸ਼ਾਦੀ ਨਹੀਂ ਸੀ ਹੋਈ, ਲੜਕੀ ਦਾ ਸਵਾਲ ਕਿਵੇਂ ਹੋਇਆ? ਤਾਂ ਇੱਕ ਨਵਾਂ ਸਵਾਲ ਪੈਦਾ ਹੋ ਗਿਆ ਕਿ ਫਿਰ ਉਹਦਾ ਭਾਂਡਾ ਕਿਉਂ ਛੇਕਿਆ ਗਿਆ, ਉਸਨੂੰ ਤਨਖਾਹ ਕਿਉਂ ਲਾਈ ਗਈ? ਚੇਤੇ ਰੱਖੋ ਖਾਲਸਾ ਜੀ, ਇਤਿਹਾਸ ਖੋਜੀ ਦੋ ਢੰਗ ਦੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੀ ਨਵੀਂ ਚੀਜ਼ ਮਿਲੀ ਆਖਣਾ ਇਹ ਸੱਚੀ ਹੈ। ਇੱਕ ਵਾਰ ਇੱਕ ਸੱਜਣ ਨੇ ਕਿਹਾ, ਸ਼ਾਇਰ ਉਲ ਮੁਤਾਖਰੀਨ ਗੁਲਾਮ ਹੁਸੈਨ ਦੀ ਫਾਰਸੀ ਲਿਖੀ ਤਾਰੀਖ ਹੈ,
ਉਹਦਾ ਅੰਗਰੇਜ਼ੀ ਅਨੁਵਾਦ ਵੀ ਮੈਂ ਪੜ੍ਹਿਆ ਸੀ। ਤੋ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਕੀਤੇ ਗਏ ਨੇ, ਉਦੋਂ ਔਰੰਗਜ਼ੇਬ ਹਸਨ ਮਦਾਰ ਪਾਪ ਪੰਜਾ ਸਾਹਿਬ ਸੀ। ਜੇ ਉਹਦੀ ਗੱਲ ਸੱਚੀ ਮੰਨ ਲਈਏ ਤੋ ਕਹਿੰਦਾ ਹੈ ਲਾਹੌਰ ਦੇ ਗਵਰਨਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗ੍ਰਿਫਤਾਰ ਕੀਤਾ, ਗਵਾਲੀਅਰ ਦੇ ਕਿਲੇ ਵਿੱਚ ਲੈ ਜਾ ਕੇ ਕੈਦ ਕੀਤਾ। ਬਾਦਸ਼ਾਹ ਦਾ ਹੁਕਮ ਪਹੁੰਚਿਆ ਤੇ ਮਹਾਰਾਜ ਜੀ ਦੇ ਸਰੀਰ ਦੇ ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ ਮੱਥਿਆਂ ਤੇ ਟੰਗੇ ਗਏ, ਦਰਵਾਜ਼ਿਆਂ ਤੇ ਟੰਗੇ ਗਏ। ਜੇ ਉਹਨੂੰ ਸੱਚ ਮੰਨ ਲਿਆ ਜਾਏ ਫਿਰ ਦਿੱਲੀ ਦਾ ਸ਼ੀਸ਼ ਗੰਜ ਔਰ ਲਕਾਬਗੰਜ ਕਿੱਥੋਂ ਆ ਗਏ? ਮੈਂ ਇੱਕ ਛੋਟੀ ਜਿਹੀ ਪੁਸਤਕ ਬਾਅਦ ਵਿੱਚ ਲਿਖੀ ਸੀ ਜਿਹਦੇ ਵਿੱਚ ਹਵਾਲੇ ਦਿੱਤੇ ਹਨ ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ। ਮੈਂ ਸਾਬਤ ਕੀਤਾ ਹੈ ਕੋ 15-20 ਇਤਿਹਾਸਕਾਰਾਂ ਦੇ ਹਵਾਲੇ ਦੇ ਕੇ ਔਰੰਗਜ਼ੇਬ ਮਹਾਰਾਜ ਦੀ ਸ਼ਹੀਦੀ ਤੋਂ 3 ਸਾਲ ਪਹਿਲਾਂ ਗਿਆ ਹਸਨ ਮਦਾਰ, ਮਗਰ ਮਹਾਰਾਜ ਦੀ ਸ਼ਹੀਦੀ ਔਰੰਗਜ਼ੇਬ ਦੇ ਸਾਹਮਣੇ ਮੌਜੂਦਗੀ ਵਿੱਚ ਹੋਈ ਹੈ। ਖੈਰ ਕਹਿਣ ਤੋਂ ਭਾਵ ਇੱਕ ਉਲਝਣਾਂ ਹੁੰਦੀਆਂ ਨੇ, ਇਤਿਹਾਸ ਵਿਚਾਰਨ ਨਾਲ ਲੋੜ ਹੈ। ਜੋ ਮੈਨੂੰ ਗੁਰੂ ਨੇ ਬਖਸ਼ਿਆ ਹੈ ਮੈਂ ਸਮਝਣਾ, ਬੁੱਧੀ ਇਨਸਾਨ ਕੋਲ ਈਸ਼ਵਰ ਦੀ ਅਮਾਨਤ ਹੁੰਦੀ, ਇਸ ਵਿੱਚ ਖਿਆਨਤ ਨਾ ਕਰੇ। ਇਹ ਤਾਂ ਰੋਟੀ ਰਜਵੀ ਮਿਲੇਗੀ, ਭਰੋਸਾ ਉਸ 'ਤੇ ਰੱਖੇ ਤਾਂ ਖਿਆਨਤ ਨਾ ਕਰੇ। ਇੱਕ ਚੀਜ਼ ਇਸ ਬਾਰੇ ਹੋਰ ਕਹਿੰਦਾ ਹਾਂ, ਇੱਕ ਨਹੀਂ ਅਨੇਕਾਂ ਚੀਜ਼ਾਂ ਅਜਿਹੀਆਂ ਮਿਲਦੀਆਂ ਹਨ। ਮੈਂ ਬੰਦਾ ਸਿੰਘ ਜੀ ਦਾ ਇਤਿਹਾਸ ਲਿਖਿਆ, ਬਾਬਾ ਬੰਦਾ ਸਿੰਘ ਸ਼ਹੀਦ ਕਰਮ ਸਿੰਘ ਹਿਸਟੋਰੀਅਨ ਨੇ ਜੋ ਪਹਿਲਾ ਇਤਿਹਾਸ ਲਿਖਿਆ ਉਹ ਕਹਿੰਦਾ ਬੰਦਾ ਬਹਾਦਰ ਨਾਮ ਹੈ ਉਸ ਪੁਸਤਕ ਦਾ, ਕਿਸੇ ਨੂੰ ਮਿਲੇ ਤਾਂ ਪੁਰਾਣੀ, ਵੀ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ। ਮਗਰ ਮੈਂ ਫਾਰਸੀ ਲਿਖਤਾਂ ਵਿੱਚ ਪੜ੍ਹਿਆ ਬੰਦਾਰਾ ਪਾਹੁਲ ਦਾਦ ਸਿੰਘ ਕਰਦ, ਬੰਦੇ ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਸਿੰਘ ਬਣਾ ਲਿਆ। ਅਤੇ ਅਗਲੀ ਗੱਲ ਵੀਰ ਬੈਰਾਗੀ ਲਿਖੀ ਹੋਈ ਪੁਸਤਕ ਵਿੱਚ ਸਾਰਾ ਟਿਲ ਲਾਇਆ ਗਿਆ ਕਿ ਬੰਦਾ ਹਿੰਦੂ ਸੀ ਔਰ ਗੁਰੂ ਮਹਾਰਾਜ ਉਹਦੀ ਸ਼ਰਨ ਗਏ ਨੇ, ਵੀ ਮੇਰੇ ਬੱਚਿਆਂ ਦਾ ਮੈਨੂੰ ਵੈਰ ਲੈ ਦੇ ਉਹ ਸਿੱਖ ਨਹੀਂ ਹੈ। ਕਹਿੰਦਾ ਸਾਰੀ ਹਿੰਦੂ ਸੈਨਾ ਆਈ ਹੈ ਜਿਹਨੇ ਮਾਰਿਆ ਵਜ਼ੀਰ ਖਾਨ ਨੂੰ ਅਤੇ ਪੰਜਾਬ 'ਤੇ ਕਬਜ਼ਾ ਕੀਤਾ। ਮੈਨੇ ਜੇ ਗੱਲ ਮੰਨ ਲਈ ਜਾਏ ਤਾਂ ਬੰਦੇ ਵਰਗਾ ਅਕਿਰਤ ਕਣ ਕੌਣ ਹੋਵੇਗਾ? ਜੇ ਤਾਂ ਉਹਨੂੰ ਹਿੰਦੂਆਂ ਨੇ ਦਵਾਈ ਹੈ ਅਤੇ ਜਰਨੈਲ ਉਹਨੇ ਸਾਰੇ ਸਿੱਖ ਛਾਪ ਦਿੱਤੇ ਥੱਪ ਦਿੱਤੇ ਹਨ, ਕਿਤਨਾ ਅਨਰਥ ਹੈ। ਖੈਰ ਮੈਂ ਉਹਦੇ ਮੁਤਲਕ ਇੱਕ ਹੋਰ ਚੀਜ਼ ਭਾਲਣੀ ਔਰ ਕਹਿਣਾ ਚਾਹੁੰਦਾ ਹਾਂ ਵੀ ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ ਕਿ ਬੰਦਾ ਸਿੰਘ ਦੇ ਨਾਲ ਸੈਕਿੰਡ ਇਨ ਕਮਾਂਡ ਬਾਬਾ ਵਿਨੋਦ ਸਿੰਘ ਪੱਲਾ ਸੀ। ਡਾਕਟਰ ਪੀਣਾ ਪੀ ਪਟਿਆਲੇ ਵਾਲੇ ਦਾ ਡਾਕਟਰ ਗੰਡਾ ਸਿੰਘ ਬੜੇ ਮਹਾਨ ਵਿਦਵਾਨ ਹਨ, ਉਹ ਵੀ ਲਿਖਦੇ ਨੇ ਕਿ ਵਿਨੋਦ ਸਿੰਘ ਪੱਲਾ ਸੀ। ਮੈਂ ਇੱਕ ਦਿਨ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਪੜ੍ਹ ਰਿਹਾ ਸਾਂ, ਉਹ ਕਹਿੰਦਾ ਵਿਨੋਦ ਸਿੰਘ ਪੱਲਾ ਅਤੇ ਕਾਹਨ ਸਿੰਘ ਤੇਣ ਦੋਵੇਂ ਪਿਓ ਪੁੱਤਰ। ਹੁਣ ਪਿਓ ਪੁੱਤਰ ਦੀ ਪਦਵੀ ਤਾਂ ਵੱਖਰੀ ਹੋ ਸਕਦੀ ਹੈ, ਗੋ ਤਾਂ ਵੱਖਰੀ ਨਹੀਂ ਹੋ ਸਕਦੀ। ਮੇਰੇ ਮਨ ਵਿੱਚ ਵਿਚਾਰ ਆਇਆ ਪਾਲਣਾ ਚਾਹੀਦਾ ਵੀ ਜੇ ਪੱਲੇ ਨੇ ਸਰੂਪਦਾਸ ਪੱਲੇ ਨੇ ਮਹਿਮਾ ਪ੍ਰਕਾਸ਼ ਵਿੱਚ ਜ਼ਰੂਰ ਇਸ ਦਾ ਜ਼ਿਕਰ ਕੀਤਾ ਹੋਵੇਗਾ। ਅਨਹੋਣੀ ਚੀਜ਼ ਹੈ ਉਸਨੇ ਜ਼ਿਕਰ ਨਾ ਕੀਤਾ ਹੋਵੇ। ਤਾਂ ਸਰੂਪਦਾਸ ਪੱਲੇ ਨੇ ਜਿੱਥੇ ਪੱਲੇ ਨਹੀਂ ਵੀ ਪਹੁੰਚੇ ਉੱਥੇ ਵੀ ਪੱਲਿਆਂ ਦੀ ਤਾਰੀਫ ਕੀਤੀ ਹੈ। ਖੈਰ ਅਖੀਰ 'ਤੇ ਅਰਦਾ ਸਵੇ ਉਸਨੇ ਬੰਦਾ ਸਿੰਘ ਦੇ ਮੁਤਲਕ ਲਿਖੇ ਨੇ, ਕਹਿੰਦਾ ਮਾਤਾ ਸੁੰਦਰੀ ਜੀ ਉਸ ਵੇਲੇ ਦਿੱਲੀ ਵਿੱਚ ਸਨ, ਚੱਲਦੇ ਸਿੱਖਾਂ ਨੂੰ ਬੁਲਾ ਕੇ ਕਿਹਾ ਕਿ ਬਾਬਾ ਕਾਹਨ ਸਿੰਘ ਜੀ ਵਿਨੋਦ ਸਿੰਘ ਦਾ ਪੁੱਤਰ ਜਿਹੜਾ ਬੰਦਾ ਸਿੰਘ ਨਾਲ ਗ੍ਰਿਫਤਾਰ ਹੋ ਕੇ ਦਿੱਲੀ ਗਿਆ ਸੀ, ਬਾਬਾ ਕਾਹਨ ਸਿੰਘ ਜੀ ਗੁਰੂ ਅੰਗਦ ਦੇ ਮਹਾਰਾਜ ਦੇ ਅੰਸ਼ ਵਿੱਚੋਂ 3 ਸਾਹਿਬਜ਼ਾਦੇ ਹਨ, ਉਹਨਾਂ ਨੂੰ ਛਡਾਉਣਾ ਚਾਹੀਦਾ, ਇਸ ਤੋਂ ਵੱਡੀ ਕੋਈ ਗਵਾਹੀ ਨਹੀਂ ਕਿ ਉਹ 3 ਸਨ। ਭਾਵ ਮੇਰਾ ਢੰਗ ਇਹ ਹੈ ਖੋਜਣ ਦਾ, ਸੋ ਜੇ ਸੱਜਣ ਇਸ ਦੇ ਨਾਲ ਇਹ ਵੀ ਕੋਈ ਖੋਜ ਦਾ ਪਤਾ ਕੱਢ ਸਕਣ ਮੈਂ ਹਵਾਲਾ ਦੇ ਦਿਆਂਗਾ ਨਵੀਂ ਐਡੀਸ਼ਨ ਵਿੱਚ। ਇਹ ਰਾਏ ਹੈ, ਮੈਂ ਇਸ ਤੋਂ ਵੀ ਇਹਨਾਂ ਦਾ ਧੰਨਵਾਦੀ ਹੋਵਾਂਗਾ। ਜਿੱਥੇ ਰੱਖੋ ਖਾਲਸਾ ਜੀ, ਕਈ ਵਾਰ ਅੱਖੀਂ ਜਿੱਠੀ ਗੱਲ ਵੀ ਝੂਠੀ ਸਾਬਤ ਹੋ ਜਾਂਦੀ ਜੀ, ਅਸੀਂ ਮੈਂ ਅੱਖੀਂ ਵੇਖੇ ਧੁੰਦਾ ਝੂਠ ਹੈ।
ਕਿਵੇਂ ਝੂਠ ਹੋ ਜਾਂਦਾ? ਇਹ ਵੀ ਇੱਕ ਮਿੰਟ ਦੀ ਗੱਲ ਵੀ ਜਿਸਲੇ ਪਾਕਿਸਤਾਨ ਚੋਂ ਆਏ ਹਾਂ, ਪੰਜਾਬ ਦਾ ਉਜਾੜਾ ਕਿਤਾਬ ਲਿਖੀ ਹੈ ਮੈਂ, ਅਤੇ ਲਹਿੰਦਾ ਫਿਰਦਾ ਸਾ ਲੋਕਾਂ ਦੇ ਬਿਆਨ। ਸਾਡੇ ਪਰਲੇ ਪਾਸੇ ਲੁਧਿਆਣੀ ਬੜਾ ਵੱਡਾ ਨਗਰ ਸੀ, ਗਹਿਦਾਰ ਕਰਮ ਸਿੰਘ ਉੱਥੋਂ ਉਜੜ ਕੇ ਆਏ, ਉਹਨਾਂ ਦੇ ਪਰਿਵਾਰ ਦੇ ਕੋਈ ਜੀ ਮਾਰੇ ਵੀ ਗਏ। ਉਹਨਾਂ ਦੇ ਸਾਹਮਣੇ ਗਹਿਦਾਰ ਦਲੀਪ ਸਿੰਘ ਦਾ ਮਕਾਨ, ਤਾਂ ਉਹਨਾਂ ਨੂੰ ਪੁੱਛਿਆ ਕਿਉਂ ਉਹਦੀ ਸੁਣਾਓ, ਕਹਿੰਦਾ ਜਿੰਨਾ ਚਿਰ ਉਹਦੇ ਕੋਲ ਕਾਰਤੂਸ ਸਨ, ਬੰਦੂਕ ਸੀ, ਆਪਣੇ ਮਹਿਲ 'ਤੇ ਬੈਠਾ ਗੋਲੀ ਚਲਾਉਂਦਾ ਰਹੇ, ਮੋਗੇ ਹਨ, ਅੰਤ 'ਤੇ ਪਾਕਿਸਤਾਨੀ ਮਿਲਟਰੀ ਵੱਲੋਂ ਮਾਰ ਦਿੱਤਾ ਗਿਆ। ਮੈਂ ਵੀ ਲਿਖ ਦਿੱਤਾ ਵੀ ਦਲੀਪ ਸਿੰਘ ਮਾਰੇ ਆ ਗਿਆ। ਕਿਤਾਬ ਛਪ ਗਈ, 6-7 ਮਹੀਨੇ ਦੇ ਬਾਅਦ ਮੈਨੂੰ ਜੀਰੇ ਮਿਲ ਪਿਆ ਹੋਈ ਦਲੀਪ ਸਿੰਘ। ਮੈਂ ਹੱਸ ਕੇ ਕਿਹਾ ਦਲੀਪ ਸਿੰਘ ਤੂੰ ਤਾਂ ਮਰ ਗਿਆ ਸੈਂ, ਅਤੇ ਫਿਰ ਕਿਵੇਂ ਆ ਗਿਆ? ਕਹਿੰਦਾ ਆਪੇ ਤਾਂ ਆਉਂਦੇ ਹੁੰਦੇ, ਗੁਰਮੁਖ ਆਵੇ ਜਾਏ ਨਸੰਗ, ਉੱਥੇ ਜੀ ਨਹੀਂ ਲੱਗਾ, ਮੈਂ ਫਿਰ ਆ ਗਿਆ। ਮੈਂ ਕਿਹਾ ਉਹ ਕਰਮ ਸਿੰਘ ਦੱਸਦਾ ਹੈ, ਕਹਿੰਦਾ ਉਹ ਸੱਚਾ ਹੈ। ਮੈਂ ਕਿਹਾ ਹੈਰਾਨੀ ਦੀ ਗੱਲ ਹੈ ਵੀ ਕਰਮ ਸਿੰਘ ਵੀ ਸੱਚਾ ਹੈ ਅਤੇ ਤੂੰ ਵੀ ਸੱਚਾ ਹੈ, ਫਿਰ ਝੂਠਾ ਮੈਂ ਹੀ ਰਹਿ ਗਿਆ। ਕਹਿੰਦਾ ਦੇਖ ਉਹ ਸੱਚਾ ਇਸ ਵਾਸਤੇ ਹੈ ਕਿ ਮੈਥੋਂ ਛੋਟਾ ਮੇਰਾ ਭਰਾ ਉਹ ਗੋਲੀ ਚਲਾ ਰਿਹਾ ਸੀ, ਦੋਵੇਂ ਭਰਾ ਅਕਾਲੀ, ਦੋਵਾਂ ਦਾ ਇੱਕੋ ਜਿਹਾ ਕੱਦ, ਔਰ ਮੁਹਾਂਦਰਾ ਇੰਨਾ ਮਿਲਦਾ ਸੀ ਕਿ 2-4 ਵਾਰ ਵੇਖਣ ਵਾਲਾ ਭੁਲੇਖਾ ਕਹਾ ਜਾਂਦਾ ਸੀ ਕਿ ਦਲੀਪ ਸਿੰਘ ਕਿ ਉਹਦਾ ਛੋਟਾ ਭਰਾ ਹੈ। ਕਹਿੰਦਾ ਉਹ ਮਾਰਿਆ ਗਿਆ ਸੀ, ਮੈਂ ਉਸ ਰਾਤ ਲਾਹੌਰ ਵਿੱਚ ਸਾਂ। ਸੋ ਮੇਰਾ ਪ੍ਰਮਾਣ ਤੋਂ ਮਤਲਬ ਹੈ ਕਈ ਵਾਰ ਅੱਖੀਂ ਵੇਖੀ ਗੱਲ ਵੀ ਝੂਠੀ ਸਾਬਤ ਹੋ ਜਾਂਦੀ ਹੈ। ਇਤਿਹਾਸਕਾਰ ਉਹਦੀ ਖੋਜ ਕਰਦਾ, ਜਿੰਨਾ ਚਿਰ ਦਲੀਲ ਨਾਲ ਗੱਲ ਨਾ ਮੰਨੀ ਜਾਏ ਉਹਨਾਂ ਚਿਰ ਬੜੀ ਮੁਸ਼ਕਲ ਹੈ। ਹੁਣ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਜਾ ਪਹੁੰਚੇ ਹਨ। ਲਾਚੀ ਬੇਰ ਜਿਹੜੀ ਬੂਹੇ ਦੇ ਸਾਹਮਣੇ ਹੈ, ਛੋਟੇ ਛੋਟੇ ਬੇਰ ਲੱਗਦੇ ਸਨ, ਉਹਨੂੰ ਲਾਚੀ ਬੇਰ ਕਹਿੰਦੇ ਸਨ। ਇੱਕ ਵਾਰ ਮੇਰੀ ਸੰਭਾਲ ਵਿੱਚ ਸੁੱਕ ਗਈ ਸੀ ਬਿਲਕੁਲ, ਪਰ ਜੜ ਥੋੜ੍ਹੀ ਜਿਹੀ ਹਰੀ ਰਹਿ ਗਈ, ਉਹ ਫੁੱਟ ਗਏ, ਫਿਰ ਹੁਣ ਆਪਣਾ ਆਕਾਰ ਬਣਾਈ ਬੈਠੀ। ਕਿਤੇ ਰੱਖੋ ਖਾਲਸਾ ਜੀ, ਜਿਸ ਦੀ ਧਰਮ ਦੀ ਜੜ ਬਾਕੀ ਰਹਿ ਗਏ ਕਦੇ ਫਿਰ ਉਹ ਵੱਧ ਫੁੱਲ ਸਕਦਾ, ਜੇ ਜੜ ਹੀ ਖਤਮ ਹੋ ਜਾਏ ਤਾਂ ਵਧੇ ਫੁੱਲੇਗਾ ਕਿੱਥੋਂ? ਇੱਥੇ ਕੋੜੇ ਅਟਕਾਏ ਨੇ, ਹੁਣ ਅੰਦਰ ਗਏ ਨੇ, ਪਹੁੰਚੇ ਹਨ, ਤਾਂ ਸੰਭਾਲਿਆ ਗੁੱਸਾ, ਸਾਹਮਣੇ ਨਾਚ ਹੋ ਰਿਹਾ, ਸ਼ਰਾਬ ਦਾ ਦੌਰ ਚੱਲ ਰਿਹਾ। ਜਿਹੜਾ ਮਨੁੱਖ ਆਪਣੇ ਗੁੱਸੇ 'ਤੇ ਕਾਬੂ ਨਹੀਂ ਪਾ ਸਕਦਾ ਜ਼ਿੰਦਗੀ 'ਚ ਫੇਲ ਹੋਏਗਾ। ਜੋ ਕੌਮ ਆਪਣੇ ਗੁੱਸੇ 'ਤੇ ਸਮੇਂ ਸਿਰ ਕਾਬੂ ਨਹੀਂ ਪਾ ਸਕਦੀ ਜ਼ਿੰਦਗੀ ਵਿੱਚ ਫੇਲ ਹੋਏਗੀ। ਸਤਰਕੇ ਛਾਤੀ 'ਤੇ ਪੱਥਰ ਮੱਥਾ ਟੇਕਿਆ ਅਤੇ ਸਮਝ ਰਿਹਾ ਮਸਾਏ ਮੈਨੂੰ ਸਲਾਮਾਂ ਹੋ ਰਹੀਆਂ ਨੇ। ਹੁਣ ਦੋਵੇਂ ਸਿੰਘ ਅੰਦਰ ਦਾਖਲ ਹੁੰਦੇ ਨੇ, ਅੱਗੇ ਜੋ ਹੁੰਦੀ ਹੁੰਦੀ ਹੈ ਉਹੀ ਹੋਏਗਾ। Thank you.
ਨਾਲੇ ਨੌਰ ਚੱਲ ਰਿਹਾ ਸੀ ਸ਼ਰਾਬ ਦਾ, ਨਾਲੇ ਨੌਰ ਚੱਲ ਰਿਹਾ ਸੀ ਸ਼ਰਾਬ ਦਾ, ਪੱਛਮ ਪੀ ਲਾ ਕੇ ਚੌਧਰੀ ਦੇ ਯਾਰਾ। ਜਦੋਂ ਵੇਖਿਆ ਸਿੰਘਾਂ ਨੇ ਹਾਰੇ, ਜਦੋਂ ਵੇਖਿਆ ਸਿੰਘਾਂ ਨੇ ਦੇ ਗਹਿਣੇ ਲਾ ਲਏ। ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮਾ ਲਿਖਿਆ ਹੈ ਅਮ ਸ਼ਬਦਾਲੀ ਦੇ ਨਾਲ, 8ਵੇਂ ਹਮਲੇ ਵਾਰੀ ਆਇਆ ਫਾਰਸੀ ਵਿੱਚ ਹੈ। ਉਹ ਸਿੱਖਾਂ ਨੂੰ ਕਿਤੇ ਵੀ ਸਿੱਖ ਨਹੀਂ ਕਹਿੰਦਾ, ਸਾਰੀ ਕਿਤਾਬ ਵਿੱਚ ਸਾਗ ਕਹਿੰਦਾ, ਜਿਹਦਾ ਅਰਥ ਕੁੱਤੇ। ਤਾਂ ਜਿਹੜਾ ਆਦਮੀ ਸਾਡੇ ਨਾਲ ਇੰਨੀ ਨਫ਼ਰਤ ਕਰਦਾ ਹੈ, ਸਿੱਖ ਦੀ ਬਜਾਏ ਕੁੱਤਾ ਕਹਿੰਦਾ ਹੈ, ਜੇ ਉਹ ਵੀ ਸਾਡੇ ਵੱਡਿਆਂ ਦੀ ਤਾਰੀਫ ਕਰੇ ਤਾਂ ਅੰਦਾਜ਼ਾ ਲਗਾਓ ਸਾਡੇ ਵੱਡੇ ਕਿਸ ਤਾਰੀਫ ਦੇ ਹੱਕਦਾਰ ਹੋਣਗੇ। ਆਖਰੀ ਕਾਂਡ ਹੈ ਦਰਬਿਆਨ ਤਾਰੀਫ ਏ ਸਗਾਂ। ਹੁਣ ਮੈਂ ਇਹਨਾਂ ਕੁੱਤਿਆਂ ਦੀ ਤਾਰੀਫ ਕਰਦਾ ਤਾਂ ਪਹਿਲਾ ਹੀ ਮਿਸਰਾ ਉਹਦਾ, ਸਗਾਂ ਰਾਮ ਅਗੋ ਸੱਚ ਹਜ ਤੰਦ ਸ਼ੇਰ। ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਸ਼ੇਰਾਂ ਦੇ ਬਰਾਬਰ ਹੈ। ਅੱਗੇ ਬਹੁਤ ਸਾਰੇ ਗੁਣ ਵੀ ਆਉਂਦੇ ਨੇ, ਕਹਿੰਦੇ ਨੇ ਇਹਨਾਂ ਵਿੱਚ ਝੂਠ ਨਹੀਂ, ਇਹਨਾਂ ਵਿੱਚ ਧੱਕਾ ਨਹੀਂ। ਦੁਸ਼ਮਣ ਦੀ ਇਸਤਰੀ ਵੀ ਸਾਹਮਣੇ ਆਏ ਉਸਨੂੰ ਬੁੜੀਆ ਭਾਵ ਮਾਂ ਕਹਿ ਕੇ ਬੁਲਾਉਂਦੇ ਨੇ। ਵੈਰੀ ਦੀ ਇਸਤਰੀ ਦਾ ਵੀ ਦੁਪੱਟਾ ਕਦੇ ਨਹੀਂ ਖੋਇਆ ਕਰਦੇ, ਇਹ ਦੁਸ਼ਮਣ ਸਾਰੀ ਤਾਰੀਫ ਕਰ ਰਹੇ। ਅੱਗ ਅਸੀਂ ਸੋਚ ਲਈ ਅਸੀਂ ਉਹ ਜੇ ਹੈਗੇ ਵੀ ਆ ਜਾਂ ਨਹੀਂ, ਕਹਿੰਦੇ ਰਹੇ ਪਿਦਰਮ ਸੁਲਤਾਨ ਬੂਦ ਵੀ ਸਾਡੇ ਵੱਡੇ ਬਾਦਸ਼ਾਹ ਸਨ, ਉਹਨਾਂ 'ਚ ਗੁਣ ਸਨ ਸੀ। ਅੱਜ ਸਾਡੀ ਹਾਲਤ ਕੀ ਹੈ, ਕਈ ਵਾਰ ਮੈਂ ਸ਼ਬਾਹ ਕਰਨਾ ਵੀ ਬੇਸਵਾ ਦੇ ਕਹਿਣੇ ਲਾ ਵੀ ਲਏ ਤਾਂ ਬਹਾਦਰੀ ਕੀ ਕੀਤੀ ਬਾਈ। ਮੇਰੀ ਰਾਏ ਹੈ ਕਿ ਬੇਸਵਾ ਖੁਸ਼ੀ ਨਾਲ ਨਹੀਂ ਆਈ, ਮਜਬੂਰ ਲਿਆਂਦੀ ਗਈ ਹੈ। ਆਪਣੇ ਆਪ ਆਉਂਦੀ, ਆਪਣੇ ਗੁਨਾਹ ਬਖਸ਼ਾਉਣ ਵਾਸਤੇ ਭਾਵੇਂ ਆਉਂਦੀ, ਨਾਚ ਕਰਨ ਵਾਸਤੇ ਨਹੀਂ ਸੀ ਆਉਂਦੀ। ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਸਿੰਘ ਸਭਾ, ਜਾਣ ਕੇ ਨਾਂ ਨਹੀਂ ਲੈਂਦਾ, ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ 'ਤੇ ਅਸੀਂ ਮੰਗਾਏ ਹੋਏ। ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਬੜਾ ਆਨੰਦ ਆਇਆ। ਮੁੜ ਕੇ ਸਾਡੀ ਵਾਰੀ
ਅਸਾਂ ਵਾਰਾਂ ਕਹੀਆਂ। ਮੁੜ ਕੇ ਇੱਕ ਵਿਦਵਾਨ ਸੱਜਣ ਉਹਨੇ ਮਹਾਰਾਜ ਦੇ ਜੀਵਨ ਤੇ ਲੈਕਚਰ ਦਿੱਤਾ ਤੇ ਪਿੱਛੋਂ ਆ ਗਈ ਰੇਡੀਓ ਆਰਟਿਸਟਾਂ ਦੀ ਵਾਰੀ। ਉਹ ਪੰਜੇ ਵੀ ਸੁੱਖ ਨਾਲ ਲੁਧਿਆਣੇ ਤੋਂ ਹੀ ਗਏ ਹੋਏ ਸਨ। ਅਗਲੇ ਦਿਨ ਅਸੀਂ ਤਾਂ ਜਾ ਸੁੱਤੇ, ਜਿਹੜਾ ਸੇਵਾਦਾਰ ਸਾਨੂੰ ਜਲ ਪਾਣੀ ਛਕਾਉਣ ਗਿਆ ਬਹਿ ਕੇ ਤਾਂ ਹੀ ਮਾਰ ਕੇ ਰੋ ਉੱਠੇ ਆ। ਕਹਿੰਦਾ ਗਿਆਨੀ ਜੀ ਕੀ ਦੱਸਾਂ, ਉਹ ਪੰਜੇ ਪਾਂਡੋ ਸਣੇ ਦਰੋਪਦੀ ਸ਼ਰਾਬ ਨਾਲ ਰੱਜੇ ਹੋਏ ਸਨ, ਜਦੋਂ ਸਟੇਜ ਤੇ ਕੀਰਤਨ ਕਰ ਰਹੇ ਸਨ। ਤਾਂ ਕੀ ਉਹ ਮੱਸੇ ਨਾਲੋਂ ਘੱਟ ਹਨ ਜੋ ਉਹਨਾਂ ਨੂੰ ਬੁਲਾ ਕੇ ਕਰਦਾ ਹੈ? ਜਿਹਦੇ ਅੰਦਰ ਧਰਮ ਨਹੀਂ, ਉਹਨਾਂ ਨੂੰ ਧਰਮ ਦੇ ਸਟੇਜ ਉੱਤੇ ਆਉਣ ਦਾ ਹੱਕ ਵੀ ਨਹੀਂ ਹੈ। ਜੇ ਉਸਨੂੰ ਕੋਈ ਥਾਂ ਦੇਵੇਗਾ ਤੇ ਗੁਨਾਹਗਾਰ ਨਾਲ ਉਹ ਵੀ ਗਰਦਾਨੇ ਆ ਜਾਏਗਾ। ਖੈਰ ਮੈਂ ਅਰਥ ਕਰ ਰਿਹਾ ਸੀ ਤਾਂ ਇਸ ਦਾ ਹਵਾਲਾ ਬਈ ਕਿਹੜੀ ਜ਼ਬਾਨੀ ਨਹੀਂ ਕਹੇ ਜਾਏਗਾ। ਇਸੇ ਰਤਨ ਸਿੰਘ ਪੰਗੂ ਆਪਣੇ ਪ੍ਰਾਚੀਨ ਪੰਥ ਵਿੱਚ ਲਿਖਦਾ ਹੈ, ਮੱਸੇ ਕਾ ਇਮ ਸੀਸ ਉਤਾਰਿਓ, ਜਿਉਂ ਕਰ ਕਦੂਆ ਬੇਲੋਂ ਤਾਰਿਓ, ਹੁਤੇ ਜੋ ਜੇਵਰ ਤਾਂਕੇ ਦੁਆਰੇ, ਸੁੱਖਾ ਸਿੰਘ ਸੋਲੀਏ ਉਤਾਰੇ। ਜਿਹੜੇ ਮੱਸੇ ਦੇ ਉਦਾਲੇ ਤਾਂਕੇ ਪੜਾਉਣਾ ਪ੍ਰਣਾਮ ਹੈ, ਪ੍ਰੋਨਾਊਨ ਹੈ, ਜਿਹੜੇ ਮੱਸੇ ਦੇ ਉਦਾਲੇ ਗਹਿਣੇ ਸੀ ਉਹ ਉਤਾਰੇ। ਕਿਸੇ ਇਸਤਰੀ ਤੇ ਹੱਥ ਉਠਾਉਣਾ ਇਹ ਸਿੱਖ ਦਾ ਕੰਮ ਨਹੀਂ ਸੀ। ਇੱਕ ਚੀਜ਼ ਹੋਰ ਕਹਿ ਕੇ ਮੈਂ ਖਤਮ ਕਰਾਂਗਾ। ਇੱਕ ਵਾਰ ਲੜਨ ਆਇਆ ਹੈ ਆਨੰਦਪੁਰ ਤੇ ਇੱਕ ਨਵਾਬ, ਨਾਲ ਬੇਗਮਾਂ ਦੇ ਡੋਲੇ ਵੀ ਹਨ। ਸਿੰਘਾਂ ਨੇ ਹਮਲਾ ਕੀਤਾ, ਛੱਡ ਕੇ ਮੈਦਾਨ ਨੱਸ ਗਏ, ਡੋਲੇ ਸਿੱਖਾਂ ਦੇ ਕਾਬੂ ਆ ਗਏ। ਕੈਦੀ ਬਣਾ ਕੇ ਲੈ ਆਉਂਦਾ, ਪਿੱਛੋਂ ਖਬਰ ਪਹੁੰਚੀ ਕਿ ਖਾਨ ਸਾਹਿਬ ਤੁਹਾਡੀਆਂ ਬੇਗਮਾਂ ਸਿੱਖਾਂ ਨੇ ਕੈਦੀ ਕਰ ਲਈਆਂ, ਪਿੱਛੇ ਕੈਦ ਹੋ ਗਈਆਂ ਨੇ। ਘਬਰਾਇਆ ਪੁੱਛਦਾ, ਕਹਿੰਦੇ ਵੀ ਗੱਲ ਦੱਸੋ ਕਿ ਮੇਰੇ ਸਿਪਾਹੀਆਂ ਦੇ ਕਬਜ਼ੇ ਵਿੱਚ ਹਨ ਜਾਂ ਸਿੱਖਾਂ ਦੇ ਕਬਜ਼ੇ ਵਿੱਚ? ਜਵਾਬ ਮਿਲਿਆ, ਸਿੱਖਾਂ ਦੇ ਕਬਜ਼ੇ ਵਿੱਚ। ਕਹਿੰਦਾ ਅੱਲਾਹ ਤਾਲਾ ਦਾ ਸ਼ੁਕਰ ਹੈ, ਉਹਨਾਂ ਦੀ ਇੱਜ਼ਤ ਨੂੰ ਹੋਰ ਕੋਈ ਖਤਰਾ ਨਹੀਂ। ਮੇਰੇ ਸਿਪਾਹੀਆਂ ਦੇ ਹੱਥ ਵਿੱਚ ਹੁੰਦੀਆਂ ਤੇ ਇੱਜ਼ਤ ਨੂੰ ਖਤਰਾ ਸੀ। ਹਜ਼ੂਰ ਦੇ ਸਾਹਮਣੇ ਗਏ, ਰੋਹ ਵਿੱਚ ਆਣ ਕੇ ਗੁਰਦੇਵ ਉੱਠੇ, ਕਹਿੰਦੇ ਦੱਸੋ ਕੌਣ ਹਨ? ਸਿੱਖਾਂ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ, ਵਿਰੋਧੀ ਆਇਆ ਸੀ, ਉਹਦੀਆਂ ਬੇਗਮਾਂ ਦੇ ਡੋਲੇ ਕੈਦੀ ਬਣਾ ਕੇ ਲੈ ਆਏ। ਦੂਜਾ ਸਵਾਲ ਗੁਰਦੇਵ ਨੇ ਕਿਹਾ, ਇਹਨਾਂ ਦੀ ਉਮਰ ਕੀ ਹੈ? ਸਿੱਖਾਂ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ, ਗਲੇ ਦੀ ਆਵਾਜ਼ ਦੱਸਦੀ ਹੈ, ਕਹਿੰਦੇ ਇਸਤਰੀਆਂ ਬੈਠੀਆਂ ਨੇ, ਅਸੀਂ ਪੱਲਾ ਉਠਾ ਕੇ ਨਹੀਂ ਵੇਖਿਆ। ਇੱਕ ਨਾਲ ਲਾਇਆ, ਕਹਿੰਦਾ ਜੇ ਪੱਲਾ ਉਠਾ ਕੇ ਵੇਖ ਲੈਂਦੇ ਸਿੱਖੀ ਦਾ ਪਰਦਾ ਖਤਮ ਹੋ ਜਾਣ ਸੀ, ਹੋ ਸਕਦਾ ਕਿਸੇ ਦਾ ਦਿਲ ਲਲਚਾ ਜਾਂਦਾ। ਸਿੱਖਾ ਤੁਸੀਂ ਪਤ ਰੱਖ ਲਈਏ, ਇੱਜ਼ਤ ਰੱਖ ਲਈਏ, ਸੂਈ ਹੈ ਬਾਈ। ਇੱਕ ਚੀਜ਼ ਇੱਕ ਵਾਰ ਸਿਖਰ ਕਿਵੇਂ ਗਿਆ ਮੈਂ ਲਿਖਿਆ, ਜੋ ਬੜਾ ਪਾਪੂਲਰ ਹੋਇਆ, ਆਮ ਪੱਕਿਆ, ਅਤੇ ਅੰਮ੍ਰਿਤਸਰ ਦੀ ਇੱਕ ਫਰਮ ਨੇ ਸਿੱਖਾਂ ਦਾ ਰਾਜ ਕਿਵੇਂ ਲਿਖ ਛਾਪ ਦਿੱਤਾ। ਨਿਕਲ ਨਕਲੀ ਕਿਸੇ ਦੀ ਪੁਰਾਣੀ ਕਿਤਾਬ ਲਏ, ਮੇਰਾ ਸਿੱਖ ਰਾਜ ਕਿਵੇਂ ਗਿਆ, ਉਹਨੇ ਸਿੱਖਾਂ ਦਾ ਰਾਜ, ਮੇਰਾ ਦੁਖੀ ਹੈ ਮਾਂ ਪੁੱਤ, ਉਹਨੇ ਦੁਖੀ ਹੈ ਮਾਂ ਅਤੇ ਪੁੱਤਰ, ਡਿਜ਼ਾਇਨ ਵੀ ਉਹੋ ਜਿਹੇ ਬਣਾ ਦਿੱਤੇ। ਪਰ ਜਿਸ ਵੇਲੇ ਆਏ ਕੋਈ ਗਾਹਕ ਹੈ ਤੇ ਉਹ ਨਕਲੀ ਅਤੇ ਅਸਲੀ ਦਾ ਝਗੜਾ ਪੈ ਗਿਆ। ਹਰੇ ਗਾਹਕ ਆਣ ਕੇ ਪੁੱਛੇ ਕਿ ਸਿੱਖ ਰਾਜ ਅਸਲੀ ਚਾਹੀਦਾ ਨਕਲੀ ਨਹੀਂ ਚਾਹੀਦਾ? ਉਹ ਸਾਲ 'ਚ ਐਡੀਸ਼ਨ ਨਾ ਉਹਦੀ ਖਤਮ ਹੋਈ, ਪਛਤਾ ਗਿਆ। ਮੈਂ ਮਿਲਿਆ ਮੈਨੂੰ, ਕਹਿੰਦਾ ਗਿਆਨੀ ਜੀ ਅਸਾਂ ਵਾਪਸ ਲੈ ਲਿਆ। ਮੈਂ ਕਿਹਾ ਮੈਂ ਤਾਂ ਨਾਰਾਜ਼ ਨਹੀਂ ਤੁਹਾਡੇ ਨਾਲ, ਤੁਸੀਂ ਤਾਂ ਮੈਨੂੰ ਅਸਲੀ ਬਣਾ ਦਿੱਤਾ, ਨਹੀਂ ਤਾਂ ਅਸਲੀ ਅਤੇ ਨਕਲੀ ਦਾ ਫਿਕਰ ਫਰਕ ਨਹੀਂ ਸੀ ਰਹਿਣਾ। ਸੋ ਮੈਂ ਸੁਣਦਾ ਹਾਂ ਕੁਝ ਸੱਜਣ ਮੇਰੀਆਂ ਕੈਸਟਾਂ ਦੀ ਚੋਰੀ ਕਰ ਰਹੇ ਹਨ, ਤਾਂ ਉਹ ਵੀ ਅਸਲੀ ਨਕਲੀ ਵਾਲਾ ਸਿਲਸਿਲਾ ਬਣ ਜਾਏਗਾ। ਜੇ ਉਹ ਅਸਲੀ ਰਹਿਣਾ ਚਾਹੁੰਦੇ ਨੇ ਤਾਂ ਅਸਲੀ ਰਹਿਣ, ਮਗਰ ਜੇ ਨਕਲੀ ਬਣਨਾ ਚਾਹੁੰਦੇ ਨੇ ਤਾਂ ਕਿਸੇ ਦਾ ਗੁਨਾਹ ਕੀ ਹੈ? ਖੈਰ ਭਾਈ ਇੱਥੇ ਸਮਾਪਤ ਕਰਦਾ ਹਾਂ, ਹੁਣ ਮੈਂ ਯਤਨ ਕਰ ਰਿਹਾ ਹਾਂ ਜੋ ਮੈਂ ਸਟੇਜ 'ਤੇ ਕਹਿਣਾ, ਬਹੁਤ ਸਾਰੀਆਂ ਪੁਰਾਣੀਆਂ ਟਿਊਨਾਂ ਚਾਰੀਆਂ ਦੀਆਂ ਖਤਮ ਹੋ ਰਹੀਆਂ ਨੇ। ਮੈਂ ਉਹ ਆਪਣੇ ਵੱਲੋਂ ਬਤੌਰੇ ਬਿਜ਼ਨਸ ਨਹੀਂ, ਆਪਣੇ ਵੱਲੋਂ ਚੰਗੀਆਂ ਕੈਸਟਾਂ ਮੰਗਾ ਰਿਹਾ ਹਾਂ ਨਵੀਆਂ ਹੁਣ, ਅਤੇ ਇੱਕ ਮਸ਼ੀਨਰੀ ਆਈ ਹੈ ਬਾਹਰੋਂ ਇੰਗਲੈਂਡ ਤੋਂ ਪਹਿਲੇ ਉਹ ਰਿਕਾਰਡ ਕਰਨ ਵਾਸਤੇ, ਉਹਨਾਂ ਨੂੰ ਡਬ ਕਰਨ ਵਾਸਤੇ ਆਰਡਰ ਦਿੱਤਾ ਹੋਇਆ। ਜਿਹੜੀਆਂ ਇੱਥੇ ਮਸ਼ੀਨਾਂ ਨੇ, ਇੱਕ ਪਾਸੇ ਆਵਾਜ਼ ਹੋਰ ਹੁੰਦੀ ਹੈ, ਇੱਕ ਪਾਸੇ ਆਵਾਜ਼ ਹੋਰ ਹੁੰਦੀ ਹੈ,
ਮੈਂ ਕਿਹਾ ਤੁਹਾਨੂੰ ਕਰਾਂਗਾ। ਜਿੱਦਣ ਮੈਂ ਜੰਮਿਆ ਸੀ ਮੇਰੇ ਨਾਲ ਕੋਈ ਪੈਸਾ ਨਹੀਂ ਆਇਆ, ਅਤੇ ਜਿੱਦਣ ਮੈਂ ਜਾਣਾ ਉਦੋਂ ਵੀ ਕੋਈ ਨਹੀਂ ਜਾਣਾ, ਅਤੇ ਮੈਨੂੰ ਭਰੋਸਾ ਵੀ ਜੇਬ ਮੇਰੀ ਖਾਲੀ ਹੋਣ ਨਹੀਂ ਲੱਗੀ। ਸੋ ਜਦੋਂ ਮੈਂ ਫਿਰ ਕਿਤੇ ਇੱਥੇ ਆਇਆ, ਮੈਂ ਯਤਨ ਕਰਾਂਗਾ ਇੱਥੋਂ ਤੱਕ ਵੀ ਇਹ ਕੈਸੇ ਔਰ ਇਸ ਤੋਂ ਅਗਲਾ ਕਿ ਮੱਸੇ ਦਾ ਬਦਲਾ ਮਹਿਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਵਾਸਤੇ ਨੱਥੇ ਨੇ ਆਪਣੀ ਜਾਨ ਕਿਵੇਂ ਦੇ ਦਿੱਤੀ, ਇਹ ਅਗਲੇ ਭਾਗ ਵਿੱਚ ਹੋਵੇਗਾ। ਹੁਣ ਮੈਂ ਸਾਰੇ ਪ੍ਰਬੰਧਕਾਂ ਨੂੰ, ਜੇ ਕਾਹਲੀ ਨਾ ਹੁੰਦੀ ਤੁਹਾਡਾ ਪਿਆਰ ਛੱਡਣ ਦਿਲ ਨਹੀਂ ਸੀ ਕਰਦਾ। ਉਹ ਅਸੀਂ ਵਰਿਆਂ ਦਾ ਬੰਦਾ ਅਸਡੇਗ ਨਹੀਂ ਛੱਡਦਾ, ਅਤੇ ਰਾਜਗੱਦੀ ਕੌਣ ਛੱਡੇਗਾ ਭਲਾ ਬਾਈ, ਉਹ ਲਾਲਚ ਬਹੁਤਾ ਹੁੰਦਾ ਹੈ। ਮੈਂ ਫਿਰ ਬੇਨਤੀ ਕਰਦਾ, ਨਦੀ ਨਾਲ ਸੰਯੋਗੀ ਵੇਲਾ, ਜਦੋਂ ਕਦੇ ਫਿਰ ਯਾਦ ਕਰੋਗੇ ਫਿਰ ਹਾਜ਼ਰ ਹਾਂ। ਫਤਿਹ ਪ੍ਰਵਾਨ ਹੋਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਵੀਰ ਸਿੰਘ ਜੀ ਬਚਪਨ 'ਚ ਇਕੱਠੇ ਖੇਡੇ ਸਾਂ, ਮਗਰ ਮੈਂ ਹੁਣ ਉਹਨਾਂ ਤੋਂ ਵੀ ਖਿਮਾ ਕਰਾਂਗਾ ਕਿ ਜਦੋਂ ਆਵੋ ਸਾਨੂੰ ਉਦੋਂ ਹੀ ਲੈ ਚੱਲਿਆ ਕਰਨ, ਹੁਣ ਸਾਨੂੰ ਤੁਰਨ ਦੀ ਆਗਿਆ ਦੇਣ ਸਾਰੇ। ਵਾਹਿਗੁਰੂ ਜੀ ਕਾ ਖਾਲਸਾ।